ਮੈਂ ਅੱਜ ਕਕਾਰਾਂ ਦੀ ਬੇਅਦਬੀ ਨਾ ਚੱਲਦਾ ਹੋਇਆ ਮੈਂ ਆਪਣੇ ਜਿਹੜੇ ਕਕਾਰ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤਿਆਗ ਦੇਣੇ ਆ। ਦੋ ਤਿੰਨ ਸਿੰਘ ਹੋਰ ਸਮਾਣੇ ਤੋਂ, ਸਮਾਣੇ ਦੇ ਸਿੰਘਾਂ ਨੇ ਕੇ ਐਸ ਮੱਖਣ ਦੇ ਕਕਾਰ ਲਵਾ ਦਿੱਤੇ ਜੀ। ਕਹਿੰਦੇ ਕਕਾਰ ਤਾਂ ਉਸੇ ਦਿਨ ਹੀ ਸਿੱਖੀ ਖਤਮ ਹੋ ਜਾਂਦੀ ਜਦੋਂ ਅਸੀਂ ਗੁਰੂ ਦਾ ਬਾਣਾ ਪਾ ਕੇ ਕੋਈ ਭੇਟਾ ਗਾਉਂਦੇ ਹਾਂ, ਕੋਈ ਕਿਤੇ ਮਜ਼ਾਰ 'ਤੇ ਜਾ ਕੇ ਖਾੜੇ ਲਾਉਂਦੇ ਹਾਂ ਜਾਂ ਕਿਸੇ ਧੀ ਭੈਣ ਨੂੰ ਬਰਾਬਰ ਨੱਚਦੇ ਹਾਂ ਉਹਦੇ ਬੋਲੀਆਂ ਪਾਉਂਦੇ ਹਾਂ ਸਟੇਜ 'ਤੇ, ਤਾਂ ਉਹ ਜਿਹੜੀ ਸਿੱਖ ਦਾ ਕਿਰਦਾਰ ਹੈ ਉਹਦੀ ਮਹੱਤਤਾ ਤਾਂ ਉਦੋਂ ਖਤਮ ਹੋ ਗਈ। ਜਦੋਂ ਜੇਲ੍ਹਾਂ ਦੇ ਵਿੱਚ ਸਿੱਖਾਂ ਨੂੰ ਡੱਕਿਆ ਜਾਂਦਾ, ਚਾਹੇ ਪੁਰਾਤਨ ਸਮੇਂ ਚਾਹੇ ਵਰਤਮਾਨ ਸਮੇਂ, ਤਾਂ ਉਹਨਾਂ ਦੇ ਕਕਾਰ ਜਿਹੜੇ ਜੇਲ੍ਹ ਤੋਂ ਬਾਹਰ ਲਵਾ ਦਿੱਤੇ ਜਾਂਦੇ ਆ, ਅਤੇ ਉਹ ਜਿਹੜੇ ਸਿੰਘ ਆ ਉਹ ਅੰਦਰ ਡੱਕ ਦਿੱਤੇ ਜਾਂਦੇ ਆ, ਫਿਰ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ, ਇੱਥੋਂ ਤੱਕ ਕਿ ਬਹੁਤ ਬੁਰੀ ਹਾਲਤ ਕੀਤੀ, ਪਰ ਕਿ ਜਦੋਂ ਉਹ ਵਾਪਸ ਆਉਂਦੇ ਆ ਅਤੇ ਆ ਕੇ ਫਿਰ ਆਪਣਾ ਬਾਣਾ ਪਾ ਲੈਂਦੇ ਆ। ਆਪਣੀ ਇੰਟਰਵਿਊ ਜਿਹੜੀ ਹੁੰਦੀ ਹੈ ਜਦੋਂ ਆਪਾਂ ਮੁਲਾਕਾਤ ਕਰਦੇ ਹਾਂ, ਕਿ ਉਸੇ ਤੋਂ ਪ੍ਰਭਾਵਿਤ ਹੋ ਕੇ ਕਿਹਾ ਜਾਂ ਤੁਸੀਂ ਬਾਅਦ ਦੇ ਵਿੱਚ ਕੋਈ ਧਮਕੀ ਧੁਮਕੀ ਦੇ ਦਿੱਤੀ? ਜੇ ਇਹ ਸੱਚਾ ਹੁੰਦਾ ਇਹ ਉਹਦੇ ਨਾਲ ਆਪਾਂ ਨੂੰ ਸਾਨੂੰ ਝੂਠਾ ਕਰਦਾ, ਸਾਨੂੰ ਵੀ ਮੈਂ ਗੁਰੂ ਦਾ ਸਿੰਘ ਹਾਂ, ਇਹ ਸਾਨੂੰ ਝੂਠਾ ਕਰਦਾ, ਇਹਨੇ ਸਾਨੂੰ ਝੂਠਾ ਕਰਨਾ ਕੀ ਹੈ, ਇਹ ਜਾ ਕੇ ਗੁਰੂ ਕੋਲੋਂ ਹੀ ਭੱਜ ਗਿਆ। ਇਹ ਤਾਂ ਤੇਰਾ ਸਮਝ ਲਾ ਵੀ ਸਿੱਖੀ ਵੱਲੋਂ ਤੂੰ ਤਾਂ ਗਿਆ ਹੀ ਗਿਆ, ਤੇਰਾ ਤਾਂ ਬੇੜਾ ਗਰਕ ਹੋਏਗਾ, ਤੂੰ ਜਾ ਮਸਤਾਂ ਦੇ ਡੇਰੇ 'ਤੇ ਜਾ ਕੇ ਉੱਥੇ ਵਜਾ ਡਫਲੀ। ਬਹੁਤ ਸਾਰਾ ਵਿਰੋਧ ਕੇ ਐਸ ਮੱਖਣ ਦਾ ਹੋ ਰਿਹਾ, ਪਰ ਕੁਝ ਕਮੈਂਟ ਮੈਂ ਐਵੇਂ ਦੇ ਵੀ ਪੜ੍ਹਿਆ, ਉਹ ਕਹਿੰਦੇ ਤੁਹਾਨੂੰ ਕੀ ਅਧਿਕਾਰ ਆ ਚਾਰ ਬੰਦਿਆਂ ਨੂੰ ਬਈ ਸਿੱਖੀ ਦਾ ਤੁਸੀਂ ਪ੍ਰਚਾਰ ਤਾਂ ਕਰਨਾ ਨਹੀਂ, ਜਿਹੜੇ ਸਿੱਖ ਬਣੇ ਆ ਤੁਸੀਂ ਉਹਨਾਂ ਦੇ ਵੀ ਕਕਾਰ ਲਵਾ ਦਿਓ, ਕੁਛ ਲੋਕ ਤੁਹਾਡੇ ਵਿਰੋਧ ਦੇ ਵਿੱਚ ਵੀ ਨੇ। ਸਿੱਖ ਦਾ ਸਭ ਤੋਂ ਵੱਡਾ ਸਿਧਾਂਤ ਉਹਦਾ ਗਹਿਣਾ ਨਿਮਰਤਾ ਅਤੇ ਸਿਦਕ, ਸਿੱਖੀ ਜਿੰਨੀ ਵੀ ਖੜੀ ਆ ਇਹਦੀ ਨੀਂਹ ਜਿਹੜੀ ਆ ਉਹ ਸਿਦਕ 'ਤੇ ਰੱਖੀ ਆ, ਅਤੇ ਜਦੋਂ ਤੁਹਾਡਾ ਸਿਦਕ ਹੀ ਨਹੀਂ ਹੈ ਤਾਂ ਫਿਰ ਤੁਸੀਂ ਐਵੇਂ ਦੀਆਂ ਗੱਲਾਂ ਕਿਉਂ ਕੀਤੀਆਂ? ਜੇ ਸਿੱਖੀ ਨਿਮਰਤਾ 'ਤੇ ਚੱਲਣਾ ਸਿਖਾਉਂਦੀ ਹੈ ਫਿਰ ਅੱਧੀ ਅੱਧੀ ਬੱਤੀ ਦੇਣ ਦੀ ਗੱਲ ਤਾਂ ਕਹਿੰਦੇ ਕੁਲਦੀਪ ਸਿੰਘ ਢੈਂਟਲ ਨੇ ਵੀ ਕਰਤੀ ਸੀ ਵਿੱਚ, ਤਾਂ ਤੁਸੀਂ ਯਾਦ ਰੱਖਿਓ ਇਹੀ ਬੱਤੀ ਤੁਹਾਡੇ ਮੋੜ ਕੇ ਦੇ ਦਿਆਂਗੇ। ਜਦੋਂ ਕਿਸੇ ਨਾਲ ਰਣ ਦੇ ਵਿੱਚ ਜੂਝ ਰਹੇ ਹਾਂ, ਜੇ ਤੀਰਾਂ ਦੀ ਲੜਾਈ ਹੁੰਦੀ ਹੈ ਤਾਂ ਤੀਰਾਂ ਨਾਲ ਲੜਦੇ ਰਹੇ, ਜਦੋਂ ਤਲਵਾਰਾਂ ਦੀ ਲੜਾਈ ਸੀ ਤਲਵਾਰਾਂ ਨਾਲ ਲੜਦੇ ਰਹੇ, ਜਦੋਂ ਹੱਥੋਂ ਹੱਥੀ ਲੜਾਈ ਸੀ ਹੱਥੋਂ ਹੱਥੀ ਲੜਦੇ ਰਹੇ, ਜਿਹੋ ਜਿਹੀ ਲੜਾਈ ਹੁੰਦੀ ਆ ਜਿਹੋ ਜਿਹਾ ਕੋਈ ਹਾਲਾਤ ਕ੍ਰੀਏਟ ਹੁੰਦੇ ਆ ਉਹਦੇ ਮੁਤਾਬਕ ਹੀ ਸਿੱਖ ਲੜਾਈ ਲੜਦਾ, ਔਰ ਜਿਸ ਜ਼ਬਾਨ ਦੇ ਨਾਲ ਕਿਸੇ ਨੇ ਜਵਾਬ ਸਾਡੇ 'ਤੇ ਕੀਤਾ, ਕੋਈ ਜਿਸ ਜ਼ਬਾਨ ਦੇ ਨਾਲ ਸਾਡੇ ਜੈਸੀ ਖੂਹ ਦੇ ਵਿੱਚ ਆਵਾਜ਼ ਕੋਈ ਮਾਰੂਗਾ ਫਿਰ ਉਹਨੂੰ ਉਸੇ ਦੇ ਜਵਾਬ ਦਿੱਤਾ ਜਾਊਗਾ। ਹੁਣ ਕੋਈ ਕਿਸੇ ਤਰ੍ਹਾਂ ਦੀ ਉਹਦੇ ਨਾਲ ਚਲੋ ਉਹਨੇ ਕਕਾਰ ਲਾ ਅਤੇ ਹੁਣ ਉਹ ਸਿੱਖੀ ਤੋਂ ਬੇਮੁੱਖ ਹੋ ਗਿਆ, ਤੁਹਾਡੇ ਨਾਲ ਕੋਈ ਸੰਬੰਧ ਹੈਗਾ ਹੁਣ ਜਾਂ ਫਿਰ ਦੇਰ ਤੱਕ ਤਾਂ ਨਹੀਂ ਕੋਈ ਮਨ ਦੇ ਵਿੱਚ ਰੰਜਿਸ਼ ਵਗੈਰਾ ਰਹੂ? ਨਹੀਂ ਜੀ ਨਹੀਂ, ਸਾਡੇ ਵੱਲੋਂ ਗੁਰਦਾਸ ਮਾਨ ਦੇ ਨਾਲ ਜਾ ਕੇ ਉਸ ਉੱਧਰ ਮੈਂ ਬੁੱਲੇ ਸ਼ਾਹ ਕਹਿ ਕੇ ਲਾਡੀ ਸ਼ਾਹ ਡੇਰ 'ਤੇ ਜਾ ਕੇ ਗਿੱਧਾ ਪਾਵੇ ਜਾਂ ਜਿੱਥੇ ਮਰਜ਼ੀ ਭੇਟਾਂ ਗਾਵੇ ਸੀ, ਉਸ ਤੋਂ ਕੀ ਲੈਣਾ? ਰਣਜੀਤ ਸਿੰਘ ਹਰੀ ਰਾਜ ਕਰ ਰਹੇ ਸੀ, ਇਹ ਉਸ ਸਮੇਂ ਦੀ ਉਹ ਘਟਨਾ ਜਦੋਂ ਇੱਕ ਹੰਕਾਰੇ ਹੋਏ ਕਿਸੇ ਇਨਸਾਨ ਨੇ ਆਪਣੇ ਵਾਲ ਜਿਹੜੇ ਆ ਅਤੇ ਕੰਘਾ ਕਿਰਪਾਨ ਜਿਹੜੀ ਆ ਉਹ ਸਿੰਘਾਂ ਨੂੰ ਦੇ ਕੇ ਕਿਹਾ ਸੀ ਆ ਲਓ ਇਹਦੇ ਵਿੱਚੋਂ ਆਪਣਾ ਅੰਮ੍ਰਿਤ ਕੱਢ ਲਿਓ, ਉਹਨਾਂ ਨੇ ਟਿੱਚਰ ਕੀਤੀ ਅਤੇ ਸਿੰਘਾਂ ਨੇ ਉਹਦੀ ਜਿਹੜੀ ਸ਼ਕਤੀ ਸੀ ਉਹਨੂੰ ਲਿਆ ਕੇ ਚਾਨਣਾ ਕਰਾਇਆ ਵੀ ਅੰਮ੍ਰਿਤ ਦੇ ਜਿਹੜੇ ਛਿੱਟੇ ਤੇਰੀਆਂ ਅੱਖਾਂ 'ਚ ਤੇਰੇ ਸਿਰ 'ਚ ਤੇਰੇ ਅੰਦਰ ਗਏ ਆ ਵੀ ਲਿਆ ਫਿਰ ਉਹ ਵੀ ਆਪਾਂ ਕੱਢ ਲੈਂਦੇ ਹਾਂ, ਅਤੇ ਇਹ ਵੀ ਗੱਲ ਕਲੀਅਰ ਆ ਵੀ ਕੋਈ ਪਤਾ ਨਹੀਂ ਕਦੋਂ ਕਿੱਥੇ ਅੰਮ੍ਰਿਤ ਦੀ ਜਿਹੜੀ ਉਹ ਬੂੰਦ ਆ ਉਹ ਆਪਣਾ ਅਸਰ ਦਿਖਾ ਦੇ, ਜਾਂ ਤਾਂ ਇਹ ਮਤਲਬ
ਆਪਣਾ ਹੰਕਾਰ ਜਿਹੜਾ ਉਹ ਕੱਢ ਕੇ ਨਿਮਰਤਾ ਵਾਲੇ ਪਾਸੇ ਆ ਜਾਣਗੇ, ਨਹੀਂ ਤਾਂ ਫਿਰ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਅੰਮ੍ਰਿਤ ਜਿਹੜਾ ਉਹ ਵਾਪਸ ਦੇਣਾ ਪਊਗਾ ਕੌਮ। ਕਿਤੇ ਨਾ ਕਿਤੇ ਕਹਿਣ ਦਾ ਇਸ਼ਾਰਾ ਇਹ ਹੈ ਵੀ ਉਹ ਸਮਝੇ ਵੀ ਉਹਦੀ ਜਾਨ ਨੂੰ ਖਤਰਾ। ਬੀਤੇ ਦਿਨੀ ਗੁਰਦਾਸ ਮਾਨ ਨੇ ਬਿਆਨ ਦਿੱਤਾ ਤਾਂ ਗੁਰਦਾਸ ਮਾਨ ਦੇ ਉਸ ਬਿਆਨ ਦਾ ਵਿਰੋਧ ਥਾਂ ਥਾਂ 'ਤੇ ਹੋਇਆ ਜਿਹੜਾ ਗੁਰਦਾਸ ਮਾਨ ਨੇ ਸਮਰਥਨ ਕੀਤਾ ਸੀ ਕਿ ਇੱਕ ਨੇਸ਼ਨ ਦੀ ਇੱਕ ਭਾਸ਼ਾ ਤਾਂ ਹੋਣੀ ਚਾਹੀਦੀ ਹੈ, ਅਤੇ ਸਮਰਥਨ ਜਿੱਥੇ ਕੀਤਾ ਕਈ ਲੋਕਾਂ ਨੇ ਉੱਥੇ ਵਿਰੋਧ ਵੀ ਬਹੁਤ ਹੋਇਆ। ਅਤੇ ਸਮਰਥਨ ਦੀ ਜੇਕਰ ਗੱਲ ਕਰੀਏ ਤਾਂ ਸਮਰਥਕਾਂ ਦੇ ਵਿੱਚ KS ਮੱਖਣ ਵੀ ਅਗਾਂਹ ਹੋ ਕੇ ਆਏ ਅਤੇ ਉਹਨਾਂ ਨੇ ਜੋ ਗੁਰਦਾਸ ਮਾਨ ਨੇ ਅਪਸ਼ਬਦ ਬੋਲੇ ਸੀਗੇ ਉਹਨੂੰ ਇੱਕ ਸਾਹਿਤਕ ਜਿਹੀ ਗਾਲ ਦੱਸ ਦਿੱਤਾ, ਅਤੇ ਫਿਰ ਲੋਕ ਗੁਰਦਾਸ ਮਾਨ ਨੂੰ ਛੱਡ ਕੇ KS ਮੱਖਣ ਵੱਲ ਨੂੰ ਹੋ ਗਏ। ਅਤੇ ਫਿਰ ਬੀਤੀ ਕੱਲ੍ਹ ਜੋ KS ਮੱਖਣ ਨੇ ਕੀਤਾ ਉਹ ਬਹੁਤ ਜ਼ਿਆਦਾ ਮੰਦਭਾਗਾ ਕਹਿ ਰਹੇ ਨੇ ਉਸਨੂੰ ਸਿੱਖ, ਕਿ ਬਹੁਤ ਜ਼ਿਆਦਾ ਗਲਤ ਕੰਮ ਕੀਤਾ, ਕਿਉਂਕਿ KS ਮੱਖਣ ਲਾਈਵ ਹੁੰਦਾ ਹੈ ਅਤੇ ਗੁਰੂ ਘਰ ਜਾ ਕੇ ਆਪਣੇ ਕਕਾਰ ਖੋਲ੍ਹ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਰੱਖ ਦਿੰਦਾ ਹੈ। ਅਤੇ ਬਾਅਦ ਦੇ ਵਿੱਚ ਜਿਹੜਾ ਲਾਈਵ ਆਉਂਦਾ ਹੈ ਸਾਹਮਣੇ, ਉਹਦੇ ਵਿੱਚ ਅਵਤਾਰ ਸਿੰਘ ਖੰਡਾ, ਲਖਵਿੰਦਰ ਸਿੰਘ ਗੰਭੀਰ, ਸਮਾਣੇ ਦੇ ਦੋ ਸਿੰਘਾਂ ਦੀ ਵੀ ਗੱਲ ਕਰਦਾ ਹੈ। ਅਤੇ ਉਹ ਸਮਾਣੇ ਦੇ ਦੋ ਸਿੰਘ ਪਹਿਲਾਂ ਅਸੀਂ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਸੀਗੀ, ਜਿਨ੍ਹਾਂ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਜੀ ਢੈਂਠਲ ਅਤੇ ਸਰਦਾਰ ਦਲਜੀਤ ਸਿੰਘ ਜੀ ਪੰਜਰਥ ਸ਼ਾਮਿਲ ਸਨ। ਅਤੇ ਉਹਨਾਂ ਦਾ ਨਾਮ ਲੈ ਕੇ ਕਹਿੰਦਾ ਹੈ ਕਿ ਇਹਨਾਂ ਲੋਕਾਂ ਦੇ ਕਰਕੇ ਮੈਨੂੰ ਬਦਨਾਮ ਕੀਤਾ ਇਹਨਾਂ ਲੋਕਾਂ ਨੇ, ਅਤੇ ਮੈਂ ਆਪਣੇ ਕਕਾਰ ਲਾ ਰਿਹਾ। ਅਤੇ ਉਹ ਕਕਾਰ ਲਾ ਦਿੰਦੇ ਆ ਜੀ। ਅਤੇ ਇੱਕ ਵਾਰ ਫਿਰ ਉਹ ਦੋ ਸਿੰਘ ਜੋ ਸਮਾਣੇ ਦੇ ਸਿੰਘ KS ਮੱਖਣ ਕਹਿੰਦਾ ਹੈ ਉਹ ਫਿਰ ਸਾਡੇ ਨਾਲ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਜੀ। ਬਹੁਤ ਸਵਾਗਤ ਜੀ ਦੋਵਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਮਾਣੇ ਦੇ ਸਿੰਘਾਂ ਨੇ KS ਮੱਖਣ ਦੇ ਕਕਾਰ ਲਵਾ ਦਿੱਤੇ ਜੀ, ਕਹਿੰਦੇ ਵੇਖੋ ਜੀ ਜਿਹੜਾ ਗੁਰੂ ਦਾ ਸਿੱਖ ਹੁੰਦਾ ਕਕਾਰ ਪਹਿਣ ਦਾ, ਉਹ ਜਦੋਂ ਇਹ ਅੰਮ੍ਰਿਤ ਦੀ ਦਾਤ ਲੈਂਦਾ ਤਾਂ ਉਹ ਸਤਿਗੁਰ ਦੀ ਜਿਹੜੀ ਪਰੰਪਰਾ ਹੈ 1699 ਦੀ ਵਿਸਾਖੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਜਨ ਦੀ ਪਿਰਤ ਪਾਈ ਆ, ਉਹਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਇਹੀ ਕਿਹਾ ਸੀ ਕਿ ਤੁਹਾਡਾ ਜਿਹੜਾ ਸੀਸ ਆ ਉਹ ਗੁਰੂ ਨੂੰ ਅੱਜ ਜ਼ਰੂਰਤ ਆ ਅਤੇ ਇਹਨੂੰ ਭੇਟ ਕਰੋ। ਅਤੇ ਉੱਥੇ ਸਤਿਗੁਰ ਨੇ ਗੁਰਬਾਣੀ ਵਿੱਚ ਵੀ ਇਹਨੂੰ ਅਟਲ ਸ਼ਬਦ ਦੇ ਰੂਪ 'ਚ ਸਾਡੇ ਸਾਹਮਣੇ ਰੱਖਿਆ ਹੋਇਆ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ, ਵੀ ਹੁਕਮ ਦੀ ਖੇਡ ਆ ਸਾਰੀ। ਅਤੇ ਜਿਹੜੇ ਪੰਜ ਪਿਆਰੇ ਉੱਠੇ ਉਹਨਾਂ ਨੇ ਹੁਕਮ ਮੰਨਿਆ, ਸੀਸ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਅਰਪਣ ਕਰਕੇ ਆਪਣਾ ਆਪ ਉਹਨਾਂ ਨੂੰ ਸੌਂਪ ਕੇ ਅਤੇ ਇਹ ਅੰਮ੍ਰਿਤ ਦੀ ਦਾਤ ਲਈ। ਅਤੇ ਉਸ ਤੋਂ ਬਾਅਦ ਜਿਹੜੀ ਗੱਲ ਆਪ ਜੀ ਕਹਿ ਰਹੇ ਹੋ ਕਿ ਉਹ ਕਹਿ ਰਿਹਾ ਕਿ ਮੇਰੇ ਜਿਹੜੇ ਕਕਾਰ ਆ ਲਵਾ ਤੇ, ਅਤੇ ਇਹ ਕਕਾਰ ਜਿਹੜੇ ਹੈ ਉਹ ਜਿਹੜੇ ਪੰਜ ਪਿਆਰੇ ਆ ਜਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਸਮਿਆਂ ਉਸ ਵਿਸਾਖੀ ਦੇ ਦਿਨ 13 ਅਪ੍ਰੈਲ ਦੀ ਵਿਸਾਖੀ 1699 ਨੂੰ ਜਿੱਥੇ ਪੰਜ ਪਿਆਰਿਆਂ ਨੇ ਅੰਮ੍ਰਿਤ ਛਕਿਆ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਅੰਮ੍ਰਿਤ ਛਕਿਆ ਉਹਨਾਂ ਪੰਜ ਪਿਆਰਿਆਂ ਤੋਂ। ਅਤੇ ਉਹਨਾਂ ਦੇ ਨਾਲ ਹੀ ਬਾਬਾ ਦੀਪ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਜੈਤਾ ਜੀ, ਸਾਰਿਆਂ ਨੇ 700 ਦੀ ਗਿਣਤੀ ਦੱਸਦੇ ਆ ਉਸ ਸਮੇਂ ਦੇ ਵਿੱਚ ਅੰਮ੍ਰਿਤ ਛਕਿਆ, ਬਹੁਤ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤ ਪਾਨ ਕੀਤਾ। ਅਤੇ ਕੀ ਉਹਨਾਂ ਸਿੰਘਾਂ ਨੂੰ ਦੁਨੀਆ ਨੇ ਉਸ ਸਮੇਂ ਦੇ ਮੁਗਲ ਰਾਜ ਨੇ ਕਠਿਨਾਈਆਂ ਨਹੀਂ ਦਿੱਤੀਆਂ, ਚੋਟਾਂ ਨਹੀਂ ਦਿੱਤੀਆਂ, ਇੱਥੋਂ ਤੱਕ ਕਿ ਬਹੁਤ ਤਰ੍ਹਾਂ ਦੇ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਸੀ ਅਤੇ ਅੱਜ ਨਹੀਂ ਹੁੰਦੇ। ਜਦੋਂ ਅਸੀਂ ਜਿਹੜੇ ਗੁਰਸਿੱਖ ਆ ਉਹ ਭਾਵੇਂ ਜੀਵਨ ਦੇ ਵਿੱਚ ਕਿੰਨੇ ਹੀ ਵਧੀਆ ਜੀਵਨ ਵਾਲੇ ਹੋਣ, ਪਰ ਉਹਨਾਂ ਨੂੰ ਦੇਖੋ ਕਿਵੇਂ ਦੇ ਕਮੈਂਟ ਕਰਦੀ ਦੁਨੀਆ ਵੀ ਇਹ ਆਪਣਾ ਭੰਗ ਪੀਣੇ ਆ ਗਏ ਜੀ, ਇਹ ਸਿੱਖੜੇ ਆ ਗਏ, ਦਮਾਲਿਆਂ ਵਾਲੇ ਆ ਗਏ,
ਇਹ ਆਪਣਾ ਇਹ ਅਨਪੜ੍ਹ ਨੇ, ਇਹ ਪੜ੍ਹੇ ਲਿਖੇ ਹੋਣ ਤਾਂ ਸ਼ਾਇਦ ਹੋਰ ਗੱਲ ਹੋ, ਐਵੇਂ ਦੇ ਕਿੰਨੇ ਕਮੈਂਟ ਕਰਦੇ ਆ। ਪਰ ਕਬੀਰ ਸਾਹਿਬ ਜੀ ਨੇ ਇੱਕ ਬਹੁਤ ਸੋਹਣੀ ਸਿੱਖਾਂ ਵਾਸਤੇ, ਗੁਰੂ ਦੇ ਸਿੱਖਾਂ ਵਾਸਤੇ, ਕਿਉਂਕਿ ਸਿੱਖ ਦਾ ਜਿਹੜਾ ਹਿਰਦਾ ਸਤਿਗੁਰ ਵਰਗਾ, ਮੈਂ ਕਲਗੀਧਰ ਪਾਤਸ਼ਾਹ ਦੀਆਂ ਜਿੰਨੀਆਂ ਵੀ ਮਿਸਾਲਾਂ ਦੇ ਸਕਾਂ ਅਤੇ ਜਿੰਨੇ ਵੀ ਸਾਡੇ ਸਿੱਖ ਆ, ਉਹ ਸਿੱਖ ਜਗਤ ਜਿਹੜਾ ਉਹ ਜਾਣਦਾ ਵੀ ਕਲਗੀਧਰ ਪਾਤਸ਼ਾਹ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ, ਕਿੰਨਾ ਦੁੱਖ ਝੱਲਿਆ, ਉਹ ਤਾਂ ਡੋਲੇ ਨਹੀਂ। ਅਤੇ ਕਬੀਰ ਸਾਹਿਬ ਦੀ ਬਾਣੀ ਇਹ ਗੱਲ ਕਹਿ ਰਹੀ ਹੈ, ਕਬੀਰ ਚੋਟ ਸਹੇਲੀ ਸਹੇਲ ਕੀ ਲਾਗਤ ਲੇ ਉਸਾਸ, ਚੋਟ ਸਹਾਰਾ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਅਤੇ ਅੱਜ ਇੱਕ ਸ਼ਬਦ ਦੀ ਚੋਟ ਤੋਂ ਇੱਕ ਬੰਦਾ ਮੁਣਕਰ ਹੋ ਕੇ ਗੁਰੂ ਦੇ ਕਕਾਰ ਲਾ ਕੇ ਅਤੇ ਆਪਣੇ ਆਪ ਨੂੰ ਬੜਾ, ਮਤਲਬ ਲੋਕਾਂ ਦੀ ਜਿਹੜੀ ਫੀਲਿੰਗ ਆ, ਲੋਕਾਂ ਦਾ ਇਮੋਸ਼ਨਲ ਆ, ਉਹਨੂੰ ਬਲੈਕਮੇਲ ਕਰਕੇ ਅਤੇ ਆਪਣੇ ਆਪ ਨੂੰ ਸੱਚਾ ਕਹਿਣਾ ਚਾਹੁੰਦਾ, ਜਦੋਂ ਗੁਰੂ ਦਾ ਹੁਕਮ ਨਾ ਮੰਨੀਏ, ਕਰੈਤੀ ਬਣ ਜਾਈਏ, ਰਹਿਤ ਦੀ ਜਿਹੜੀ ਉਲੰਘਣਾ ਕਰਦੀ ਹੈ, ਗੁਰੂ ਸਾਹਿਬ ਨੇ ਰਹਿਤ ਨੂੰ ਪਿਆਰਾ ਆਖਿਆ, ਕਕਾਰ ਤਾਂ ਉਸੇ ਦਿਨ ਹੀ ਸਿੱਖੀ ਖਤਮ ਹੋ ਜਾਂਦੀ ਜਦੋਂ ਅਸੀਂ ਗੁਰੂ ਦਾ ਬਾਣਾ ਪਾ ਕੇ ਕੋਈ ਭੇਟਾ ਗਾਉਂਦੇ ਹਾਂ, ਕੋਈ ਕਿਤੇ ਮਜ਼ਾਰ 'ਤੇ ਜਾ ਕੇ ਖਾੜੇ ਲਾਉਂਦੇ ਹਾਂ, ਜਾਂ ਕਿਸੇ ਧੀ ਭੈਣ ਨੂੰ ਬਰਾਬਰ ਨੱਚਦੇ ਹਾਂ, ਉਹਦੇ ਬੋਲੀਆਂ ਪਾਉਂਦੇ ਹਾਂ ਸਟੇਜ 'ਤੇ, ਤਾਂ ਉਹ ਜਿਹੜੀ ਸਿੱਖ ਦਾ ਕਿਰਦਾਰ ਹੈ ਉਹਦੀ ਮਹੱਤਤਾ ਤਾਂ ਉਦੋਂ ਹੀ ਖਤਮ ਹੋ ਗਈ। ਕਕਾਰ ਪਾ ਲੈਣੇ ਜਾਂ ਲਾ ਲੈਣੇ, ਇਹ ਇਹਦੇ ਨਾਲ ਨਹੀਂ, ਸਤਿਗੁਰ ਤਾਂ ਸਿਰਫ ਅਸੂਲ ਨੂੰ ਪਿਆਰ ਕਰਦੇ ਆ। ਜਦੋਂ ਮੈਂ ਗੱਲ ਕਰਾਂ ਕਕਾਰ ਲਾਉਣ ਦੀ, ਜਦੋਂ ਜੇਲ੍ਹਾਂ ਦੇ ਵਿੱਚ ਸਿੱਖਾਂ ਨੂੰ ਡੱਕਿਆ ਜਾਂਦਾ, ਚਾਹੇ ਪੁਰਾਤਨ ਸਮੇਂ ਚਾਹੇ ਵਰਤਮਾਨ ਸਮੇਂ, ਤਾਂ ਉਹਨਾਂ ਦੇ ਕਕਾਰ ਜਿਹੜੇ ਜੇਲ੍ਹ ਤੋਂ ਬਾਹਰ ਲਵਾ ਦਿੱਤੇ ਜਾਂਦੇ ਆ, ਅਤੇ ਉਹ ਜਿਹੜੇ ਸਿੰਘ ਆ ਉਹ ਅੰਦਰ ਡੱਕ ਦਿੱਤੇ ਜਾਂਦੇ ਆ, ਫਿਰ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ, ਇੱਥੋਂ ਤੱਕ ਕਿ ਬਹੁਤ ਬੁਰੀ ਹਾਲਤ ਕੀਤੀ। ਪਰ ਕੀ ਜਦੋਂ ਉਹ ਵਾਪਸ ਆਉਂਦੇ ਆ ਅਤੇ ਆ ਕੇ ਫਿਰ ਆਪਣਾ ਬਾਣਾ ਪਾ ਲੈਂਦੇ ਆ, ਕਿ ਮਜਬੂਰੀ ਹੈ ਉਹਦੇ ਵਿੱਚ। ਗੱਲ ਇਹ ਆ ਵੀ ਕਕਾਰ ਲਾ ਦੇਣੇ, ਅਰਪਣ ਕਰਕੇ ਮੁੜ ਕੇ ਮੈਂ ਸਿੱਖੀ ਛੱਡ ਦੇਣੀ, ਇਹ ਗੱਲ ਹੋ ਰਿਹਾ। ਅਤੇ ਜਿਹੜਾ ਕੋਈ ਕਕਾਰਾਂ ਦੀ ਬੇਅਦਬੀ ਕਰ ਲੈਣੀ, ਜਿਵੇਂ ਕਿ ਕਿਸੇ ਵੀ ਆਪਾਂ ਕੋਈ ਕੁਰਹਿਤ ਕਰ ਲਈ, ਰਹਿਣੀ ਰਹੇ ਸੋਈ ਸਿੱਖ ਮੇਰਾ, ਇਹ ਇਸੇ ਸਿਧਾਂਤ 'ਤੇ ਸਾਨੂੰ ਚੱਲਣਾ ਪੈਣਾ। ਕਕਾਰ ਤਾਂ ਉਸੇ ਦਿਨ ਹੀ ਲੱਥ ਗਏ ਸੀ। ਹਾਂ, ਲੋਕਾਂ ਦੇ ਇਮੋਸ਼ਨਲ ਲੈਣ ਵਾਸਤੇ ਬਹੁਤ ਵਧੀਆ ਚਾਲ ਆ, ਮੈਂ ਇਹਨੂੰ ਕੰਡੈਮ ਕਰਦਾ, ਮੈਂ ਨਹੀਂ ਸਮਝਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਸੀ, ਇਹ ਮਦਭਾਗੀ ਘਟਨਾ। ਪਰ ਅਸੀਂ ਤਾਂ ਪਹਿਲਾਂ ਹੀ ਖੁਲਾਸਾ ਕਰ ਚੁੱਕੇ ਸੀ ਕਿ ਇਹ ਜਿਹੜਾ ਇਨਸਾਨ ਆ, ਇਹ ਇਹਦੀ ਐਡੀ ਵੱਡੀ ਸੋਚ ਨਹੀਂ ਹੈ ਸਿੱਖੀ ਵਾਸਤੇ। ਆਪਣੀ ਇੰਟਰਵਿਊ ਜਿਹੜੀ ਹੁੰਦੀ ਹੈ ਜਦੋਂ ਆਪਾਂ ਮੁਲਾਕਾਤ ਕਰਦੇ ਹਾਂ, ਕਿ ਉਸੇ ਤੋਂ ਪ੍ਰਭਾਵਿਤ ਹੋ ਕੇ ਕਿਹਾ, ਜਾਂ ਤੁਸੀਂ ਬਾਅਦ ਦੇ ਵਿੱਚ ਕੋਈ ਧਮਕੀ ਧੁਮਕੀ ਦੇ ਦਿੱਤੀ, ਜਿਵੇਂ KS ਮੱਖਣ ਕਹਿ ਰਿਹਾ ਵੀ ਮੈਨੂੰ ਤਾਂ ਜੀ ਖਤਰਾ ਜੀ, ਔਰ ਮੈਨੂੰ ਭੇਖੀ ਦੱਸ ਰਹੇ ਨੇ, ਉਦੋਂ ਭੇਖੀ ਸ਼ਬਦ ਨਹੀਂ ਜਿਹੜਾ ਵਰਤਿਆ ਗਿਆ ਸੀ, ਇਸ ਕਰਕੇ ਮੈਂ ਪੁੱਛ ਰਿਹਾ ਵੀ ਬਾਅਦ ਦੇ ਵਿੱਚ ਕੋਈ ਧਮਕੀ ਤਾਂ ਨਹੀਂ ਦਿੱਤੀ ਤੁਸੀਂ? ਇਹ ਨਾ ਥਲੀ ਸਾਹਿਬ, ਇਸ ਤਰ੍ਹਾਂ ਇਹਨੂੰ ਕੋਈ ਧਮਕੀ ਨਹੀਂ, ਇਹਨੇ ਜਿਹੜੀ ਆਪਣੀ ਇੰਟਰਵਿਊ ਹੋਈ ਸੀ ਨਾ, ਉਹਦੇ ਥੱਲੇ ਸੰਗਤਾਂ ਨੇ ਕਮੈਂਟ ਬਹੁਤ ਕੀਤੇ ਸੀਗੇ, ਇਹਨੂੰ ਥੱਲੇ ਭੇਖੀ ਕਿਹਾ ਗਿਆ, ਆਪਾਂ ਨੇ ਉਦੋਂ ਭੇਖੀ ਨਹੀਂ ਕਿਹਾ ਇਹਨੂੰ, ਆਪਾਂ ਤਾਂ ਇਹਨੂੰ ਨਸੀਹਤ ਦੇ ਰਹੇ ਸੀਗੇ ਵੀ ਤੂੰ ਰੋੜੇ ਵਿਖਾ ਰਿਹਾ, ਇੱਟਾਂ ਵਿਖਾ ਰਿਹਾ ਵੀ ਸਿੰਘ ਖਲੋਤੇ ਨੇ, ਜੇ ਇਹ ਸੱਚਾ ਹੁੰਦਾ ਇਹ ਉਦੋਂ ਆਪਾਂ ਨੂੰ ਸਾਨੂੰ ਝੂਠਾ ਕਰਦਾ, ਸਾਨੂੰ ਵੀ ਮੈਂ ਗੁਰੂ ਦਾ ਸਿੰਘ ਹਾਂ, ਇਹ ਸਾਨੂੰ ਝੂਠਾ ਕਰਦਾ, ਇਹਨੇ ਸਾਨੂੰ ਝੂਠਾ ਕਰਨਾ ਕੀ ਹੈ, ਇਹ ਜਾ ਕੇ ਗੁਰੂ ਦੇ ਗੁਰੂ ਕੋਲੋਂ ਹੀ ਭੱਜ ਗਿਆ। ਇਹਨੂੰ ਭੇਖੀ ਆਪਾਂ ਤਾਂ ਤੁਹਾਨੂੰ ਇੰਟਰਵਿਊ 'ਚ ਕਿਹਾ ਨਹੀਂ, ਇਹਨੂੰ ਕਮੈਂਟਾਂ ਦੇ ਥੱਲੇ ਤੁਹਾਡੇ ਜਿਹੜਾ ਆਪਣੀ ਇੰਟਰਵਿਊ ਚੱਲੀ ਹੈ, ਥੱਲੇ ਬਹੁਤ ਲੋਕਾਂ ਨੇ ਇਹਨੂੰ ਕਿ ਭੇਖੀ ਕਿਹਾ, ਬਹੁਤ ਕੁਛ ਕਿਹਾ, ਇਹਦਾ ਉੱਥੋਂ ਲੱਗਦਾ ਵੀ ਇਹਦੇ ਦਿਲ 'ਤੇ ਜਿਹੜੀ ਹੈ ਇਹਨੂੰ ਸੱਟ ਵੱਜੀ ਹੈ, ਅਤੇ ਇਹਦਾ ਮਤਲਬ ਇਹ ਨਹੀਂ ਹੈਗਾ ਜਾ ਕੇ ਤੂੰ ਕਕਾਰ ਲਾ ਦੇਗਾ, ਤੂੰ ਉਲਟਾ ਮਾਫ਼ੀ ਮੰਗਦਾ ਗੁਰੂ ਸਿੰਘਾਂ ਕੋਲ ਆ ਕੇ, ਤੂੰ ਕਹਿੰਦਾ ਵੀ ਯਾਰ ਮੇਰੇ ਤੋਂ ਗਲਤੀ ਹੋ ਗਈ ਆ, ਮੈਂ ਗੁਰਦਾਸ ਮਾਨ ਦੀ ਮਦਦ ਕਰਨ ਦੀ ਬਜਾਏ ਆਪਣੀ ਕੌਮ ਦੀ ਮਦਦ ਕਰਦਾ। ਹੁਣ ਸਾਡੇ ਗੁਰੂ ਸਾਹਿਬ ਨੇ ਆਪਣੇ ਛੋਟੇ ਛੋਟੇ ਬੱਚੇ ਉਹਨਾਂ ਦੇ ਸੀਸ ਵਾਰ ਗਏ ਸਿੱਖੀ ਪਿੱਛੇ, ਅਤੇ ਤੂੰ ਕੀ ਕਰ ਰਿਹਾ? ਕਿੰਨੇ ਸਿੰਘ, ਬਾਬਾ ਦੀਪ ਸਿੰਘ ਜੀ ਵਰਗੇ ਸਾਰੇ, ਜਿੰਨੀ ਦਾ ਸਾਡਾ ਇਤਿਹਾਸ ਵੇਖ ਲਓ, ਸਾਰਾ ਸਿੱਖ ਕੌਮ ਦੇ ਪਿੱਛੇ ਆਪਣੀ ਸਿੱਖੀ ਪਿੱਛੇ ਆਪਣੇ ਆਪ ਨੂੰ ਵਾਰ ਗਏ। ਤੂੰ ਇੱਕ ਪਹਿਲਾਂ ਤੂੰ ਗਲਤ ਬੋਲਦਾ, ਆਪ ਹੀ ਗਲਤ ਬੋਲਣਾ, ਤੂੰ ਖੁਦ ਹੀ ਪਹਿਲਾਂ ਤੂੰ ਪੰਗਾ ਲੈਣਾ, ਤੈਨੂੰ ਕੁਛ ਨੇ ਬੁਲਾਇਆ ਨਹੀਂ, ਬਿਨਾਂ ਬੁਲਾਇਆ ਮਹਿਮਾਨ, ਗੁਰਦਾਸ ਮਾਨ ਦਾ ਪੰਗਾ ਚੱਲ ਰਿਹਾ,
ਉਹ ਕੁਛ ਕਰਨ ਨਾ ਕਰੇ, ਤੂੰ ਵਿੱਚ ਧੱਕੇ ਨਾਲ ਵੜ ਰਿਹਾ, ਵਿੱਚ ਵੜ ਕੇ ਤੂੰ ਫਿਰ ਤੇਰੇ ਤੋਂ ਗੱਲ ਸਾਂਭੀ ਨਹੀਂ ਗਈ, ਫਿਰ ਤੂੰ ਹੁਣ ਹੋਰ ਪਾਸੇ ਚੱਲ ਪਿਆ। ਨਵਾਂ ਸ਼ਾਇਦ ਗੁਰਦਾਸ ਮਾਨ ਦਾ ਵੀ ਕੰਮ ਖਰਾਬ ਕਿਤੇ ਨਾ ਕਿਤੇ ਬਿਲਕੁਲ ਕੀਤਾ ਜੀ, ਬਿਲਕੁਲ ਬਿਲਕੁਲ। ਗੁਰਦਾਸ ਮਾਨ ਨੇ ਮੈਨੂੰ 100% ਮੈਨੂੰ ਲੱਗਦਾ ਇਹਨੂੰ ਗੁਰਦਾਸ ਮਾਨ ਨੇ ਵੀ ਫੋਨ ਕਰਕੇ ਕਿਹਾ ਵੀ ਤੂੰ ਕਿਉਂ ਮੈਨੂੰ ਉਹ ਮੈਂ ਤਾਂ ਇੱਥੇ ਦਾਨ ਦਿੰਦਾ ਫਿਰਨਾ ਬਚਣਾ ਸੀ, ਤੂੰ ਮੇਰਾ ਪੰਗਾ ਹੋਰ ਪਾ ਤਾ। ਉਹਨੇ ਗੁਰਦਾਸ ਮਾਨ ਨੇ ਵੀ 100% ਲੱਗਦਾ ਇਹਨੂੰ ਕਿਹਾ, ਤਾਂ ਹੀ ਇਹਨੇ ਮੁੜ ਕੇ ਗੁਰਦਾਸ ਮਾਨ ਦਾ ਨਾਂ ਨਹੀਂ ਲਿਆ। ਇਹਨੂੰ ਲੱਗਦਾ ਉਹਨੇ ਵੀ ਕਿਹਾ ਵੀ ਤੂੰ ਮੇਰੇ ਕਿਉਂ ਮੇਰੇ ਦਾ ਪੰਗਾ ਪਵਾ ਰਿਹਾ। ਇਹਨੇ ਲੱਗਦਾ ਵੀ ਆਪਣਾ ਇਹਨੇ ਨਵਾਂ ਪੰਗਾ ਪਾ ਲਿਆ, ਇੱਕ ਇਹਨੇ ਹੋਰ ਪੰਗਾ ਪਾ ਤਾ ਹੁਣ। ਪਹਿਲਾਂ ਤਾਂ ਇਹ ਫਸਿਆ ਹੀ ਫਸਿਆ ਸੀਗਾ, ਇਹ ਹੋਰ ਫਸ ਗਿਆ। ਮੈਨੂੰ ਲੱਗਦਾ ਇਹ ਥੋੜ੍ਹਾ ਜਿਹਾ ਇਹ ਕਈ ਉਹਦੇ ਡੱਗਲ 'ਚ ਦਿਮਾਗ ਹੁੰਦਾ, ਇਹਨੂੰ ਪਤਾ ਲੱਗਦਾ ਮੈਂ ਕੀ ਕਰਨਾ। ਅਤੇ ਕੱਲ੍ਹ ਵੀ ਮੈਂ ਇੰਟਰਵਿਊ ਵੇਖ ਰਿਹਾ, ਕਦੀ ਤੈਸ਼ 'ਚ ਆ ਜਾਂਦਾ ਸੀਗਾ, ਕਦੀ ਸੈਂਟੀਮੈਂਟਲ ਹੋ ਜਾਂਦਾ ਸੀਗਾ, ਕਦੀ ਕੀ ਕਰਦਾ ਸੀਗਾ, ਕਹਿੰਦਾ ਮਾਫ਼ੀ ਮੰਗੀ ਸੀ ਅਤੇ ਉੱਥੇ ਮੈਂ ਕਦੀ ਕਹਿੰਦਾ ਮੈਂ ਕਰ ਦੂੰਗਾ, ਕਦੀ ਕਹਿੰਦਾ ਗਰਮ ਖਿਆਲੀਏ ਹੈ ਕੌਣ ਨੇ ਕਥਾ ਵਾਚ, ਇਹ ਸਾਨੂੰ ਸਿੱਖੀ ਨੂੰ ਪਿਆਰ ਹੀ ਨਹੀਂ ਕਰਦਾ, ਸਾਨੂੰ ਇਹ ਸਾਨੂੰ ਕਹਿੰਦਾ ਹੀ ਮਾੜਾ ਹੈ। ਦਰਹਾਲ ਗੱਲ ਕੀ ਹੋਈ ਸੀ, ਪਿੱਛੇ ਜਿਹਨੇ ਭੇਟਾਂ ਗਾਈਆਂ ਸਨ, ਭੇਟਾਂ ਗਾਉਣ ਤੋਂ ਬਾਅਦ ਇਹਨੂੰ ਸਿੰਘਾਂ ਨੇ ਇਹਤੋਂ ਮਾਫ਼ੀ ਮੰਗਾਈ ਸੀ, ਇਹਨੂੰ ਉਹੀ ਗੁੱਸਾ ਰੱਖਦਾ ਸੀਗਾ, ਇਹਨੇ ਗੁਰਦਾਸ ਮਾਨ ਦੇ ਥਰੂ ਲੱਗਦਾ ਉੱਥੇ ਗੁੱਸਾ ਕੱਢਣ ਦੀ ਕੋਸ਼ਿਸ਼ ਕੀਤੀ, ਪੈ ਗਿਆ ਇਹਨੂੰ ਮਹਿੰਗਾ, ਇਹ ਤੋਂ ਸਾਂਭਿਆ ਨਹੀਂ ਗਿਆ। ਇਹਨੇ ਗੁਰਦਾਸ ਮਾਨ ਨੂੰ ਤਾਂ ਕੀ ਛੱਡਣਾ ਸੀਗਾ, ਇਹਨੇ ਆਪਣਾ ਪੰਥ ਹੀ ਛੱਡਤਾ, ਵੇਖੋ ਕਿੱਡਾ ਦੁਖੀ ਬੰਦਾ ਹੈ, ਇਹ ਪੰਥ ਤੋਂ ਹੀ ਭੱਜ ਗਿਆ। ਤੂੰ ਘੱਟੋ ਘੱਟ ਜੇ ਤੈਨੂੰ ਲੱਗਦਾ ਸੀ ਗਲਤ ਤਾਂ ਤੂੰ ਕਹਿੰਦਾ ਮੇਰੇ ਆਪਣਾ ਭਾਈ ਸਾਹਿਬ ਦਾ ਨਾਂ ਲੈ ਰਿਹਾ, ਆਪਣਾ ਗੰਭੀਰ ਸਾਹਿਬ ਦਾ, ਖਿੰਡਾ ਸਾਹਿਬ ਦਾ, ਦੋ ਸਮਾਣੇ ਵਾਲੇ ਸਿੰਘ ਤੂੰ ਕਹਿ ਰਿਹਾ, ਜੇ ਤੂੰ ਉਹਨਾਂ ਦਾ ਨਾਂ ਲੈ ਹੀ ਰਿਹਾ ਸਾਨੂੰ ਝੂਠਾ ਕਰ, ਸਾਨੂੰ ਬੁਲਾ ਲੈ ਭਾਈ ਸਾਹਿਬ ਜਗਦੀਪ ਸਿੰਘ ਜੀ ਕੋਲ ਆ ਜਾ, ਸਾਨੂੰ ਬੁਲਾ ਲੈ ਇੱਥੇ, ਤੈਨੂੰ ਫੋਨ ਕਰਦੇ ਤੂੰ ਆ ਜਾ, ਸਾਨੂੰ ਝੂਠਾ ਕਰ ਦੇ, ਤੂੰ ਆਪਣੀ ਕੌਮ ਤੋਂ ਹੀ ਭੱਜ ਗਿਆ, ਤੈਨੂੰ ਤੂੰ ਗਲਤ ਮੈਸੇਜ ਦੇ ਰਿਹਾ। ਜਿਸ ਦਿਨ ਤੂੰ ਅੰਮ੍ਰਿਤ ਛਕਿਆ ਸੀ ਤੈਨੂੰ ਮੈਂ ਜਾਣਦਾ ਨਹੀਂ ਸੀਗਾ, ਵੀ ਮੈਂ ਤੈਨੂੰ ਇੱਕ ਸਿੰਗਰ ਤੌਰ 'ਤੇ ਜਾਣਦਾ ਸੀਗਾ, ਪਰ ਜਿਸ ਦਿਨ ਤੂੰ ਅੰਮ੍ਰਿਤ ਛਕਿਆ ਸੀਗਾ ਮੈਂ ਬੜਾ ਖੁਸ਼ ਹੋਇਆ ਸੀ, ਮੈਂ ਖੁਦ ਮੈਂ ਸ਼ਹੀਦ ਬਾਬਾ ਦੀਪ ਸਿੰਘ ਦਲ ਦਾ ਮੁਖੀ ਹਾਂ, ਮੈਂ ਬੜਾ ਖੁਸ਼ ਹੋਇਆ ਸੀ ਵੀ ਲੈ ਵੀ ਇਸ ਬੰਦੇ ਨੇ ਸਿੰਗਿੰਗ ਲੈਣ ਤੋਂ ਉੱਪਰ ਉੱਠ ਕੇ ਇੱਕ ਬੜਾ ਵੱਡਾ ਰੋਲ ਅਦਾ ਕੀਤਾ। ਬਹੁਤ ਨੌਜਵਾਨਾਂ ਤੋਂ ਇੰਸਪਾਇਰ ਹੋਏ ਸੀਗੇ ਵੀ ਵੀ ਇਹਦੇ ਪ੍ਰਭਾਵਿਤ ਹੋ ਕੇ ਮੁੰਡੇ ਸਿੱਖੀ 'ਚ ਆਏ ਹੋਣਗੇ, ਪਰ ਜਿਹੜਾ ਤੂੰ ਆਹ ਕੰਮ ਕੀਤਾ ਨਾ ਇਹਦਾ ਤੇਰਾ ਸਮਝ ਲਾ ਵੀ ਸਿੱਖੀ ਵੱਲੋਂ ਤੂੰ ਤਾਂ ਗਿਆ ਹੀ ਗਿਆ, ਤੇਰਾ ਤਾਂ ਬੇੜਾ ਗਰਕ ਹੋਏਗਾ। ਤੂੰ ਜਾ ਮਸਤਾਂ ਦੇ ਡੇਰੇ 'ਤੇ ਜਾ ਕੇ ਉੱਥੇ ਵਜਾ ਡਫਲੀ, ਠੀਕ ਨਾ, ਹੁਣ ਸਾਨੂੰ ਨਹੀਂ ਪਤਾ ਤੂੰ ਕੀ ਕਰਨਾ ਹੈ, ਪਰ ਤੂੰ ਜਿਹੜਾ ਇਹ ਕੰਮ ਕੀਤਾ ਇਹ ਬਹੁਤ ਨਿੰਦਣਯੋਗ ਹੈ, ਦੱਸੋ ਕਕਾਰ ਲਾ ਕੇ ਉੱਥੇ ਰੱਖ ਆਇਆ, ਇਹ ਕੀ ਤਰੀਕਾ? ਅਕਾਲ ਤਖਤ ਸਾਹਿਬ ਹੈ, ਉੱਥੇ ਤੂੰ ਜਾ, ਉੱਥੇ ਆਪਣਾ ਤੂੰ ਸਜ਼ਾ, ਤੇ ਤੂੰ ਗਲਤੀ ਹੋਈ ਹੈ ਕਿ ਤੂੰ ਕਰ ਰਿਹਾ ਇਹਦਾ ਬਹੁਤ ਵੱਡਾ ਇਹਨੂੰ ਖਮੈਜਾ ਭੁਗਤਣਾ ਪਏਗਾ, ਹਾਲੇ ਖੜ੍ਹ ਜੋਗੇ, ਦੇਖੋ ਹੁੰਦਾ ਕੀ ਹੈ ਹੌਲੀ ਹੌਲੀ। ਠੀਕ ਹੈ, ਅਤੇ ਕੁਲਦੀਪ ਸਿੰਘ ਜੀ, ਬਹੁਤ ਸਾਰਾ ਵਿਰੋਧ ਕਿ ਇਸ ਮੱਖਣ ਦਾ ਹੋ ਰਿਹਾ, ਪਰ ਕੁਝ ਕਮੈਂਟ ਮੈਂ ਐਵੇਂ ਦੇ ਵੀ ਪੜ੍ਹਿਆ, ਉਹ ਕਹਿੰਦੇ ਤੁਹਾਨੂੰ ਕੀ ਅਧਿਕਾਰ ਆ ਚਾਰ ਬੰਦਿਆਂ ਨੂੰ ਬਈ ਸਿੱਖੀ ਦਾ ਤੁਸੀਂ ਪ੍ਰਚਾਰ ਤਾਂ ਕਰਨਾ ਨਹੀਂ, ਜਿਹੜੇ ਸਿੱਖ ਬਣੇ ਆ ਤੁਸੀਂ ਉਹਨਾਂ ਦੇ ਵੀ ਕਕਾਰ ਲਵਾ ਦਿਓ, ਕੁਛ ਲੋਕ ਤੁਹਾਡੇ ਵਿਰੋਧ ਦੇ ਵਿੱਚ ਵੀ ਨੇ। ਵਾਰ ਵਾਰ ਇੱਕ ਗੱਲ ਕਰਦਾ ਕੇ ਐਸ ਮੱਖਣ ਆਪਣੇ ਮੂੰਹ ਜਿਹੜੇ ਬੰਦੇ ਕਮੈਂਟ ਕਰਦੇ ਆ ਉਹਦਾ ਵੀ ਪੜ੍ਹ ਲੈਣਾ। ਉਹ ਵਾਰ ਵਾਰ ਇੱਕ ਕਮੈਂਟ ਕਰਦਾ ਕਿ ਹਿਊਮਨ ਵਿੰਗ ਆ, ਅੰਗਰੇਜ਼ੀ ਦੇ ਇਹ ਸ਼ਬਦ ਵਾਰ ਵਾਰ ਉਹਨੇ ਸ਼ੁਰੂ ਵਾਲੀ ਜਿਹੜੀ ਵੀਡੀਓ ਜਿੱਥੋਂ ਉਹਨੇ ਮਤਲਬ ਜਿਹੜਾ ਉੱਡਦਾ ਤੀਰ ਫੜ ਕੇ ਆਪਣੇ ਵੱਲ ਕੀਤਾ ਸੀ ਨਾ, ਇਹਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਵੇਖ ਲਓ ਪਹਿਲਾਂ ਉਹਦੀ ਜਿਹੜੀ ਬੋਲਬਾਣੀ ਆ ਸ਼ੁਰੂਆਤ ਕਿੱਥੋਂ ਹੋਈ, ਜਿਹੜੀ ਕੋਈ ਨਿੱਜੀ ਦੁਸ਼ਮਣੀ ਕਿਸੇ ਨਾਲ ਨਹੀਂ ਹੁੰਦੀ, ਜਿਹੜਾ ਜਦੋਂ ਕੋਈ ਕੌਮੀ ਸਿਧਾਂਤ ਬਣ ਜਾਂਦਾ ਕਿਸੇ ਉਹਦੇ ਇੱਕ ਤਰਫਾ ਉਹਨੂੰ ਖਤਮ ਕਰਨ ਵਾਲੇ ਹੁੰਦੇ ਆ, ਦੂਜੇ ਤਰਫਾ ਉਹਨੂੰ ਬਚਾਉਣ ਵਾਲੇ, ਜਦੋਂ ਇਹ ਗੱਲ ਬਣਦੀ ਆ ਤਾਂ ਤੁਸੀਂ ਉਹ ਸਾਰੀ ਵੀਡੀਓ ਵਾਚ ਲਓ ਜਿਹਦੇ ਵਿੱਚ ਕਈ ਮੋਢੇ 'ਤੇ ਰੱਖੀ ਹੋਈ ਆ, 200 ਇੱਟਾਂ ਦੀ ਗੱਲ ਹੋਈ ਆ, ਅਤੇ ਉਹਦੇ ਵਿੱਚ ਉਹਨੇ ਕਿਹਾ ਸੀਗਾ ਮੈਂ ਮਾਂ ਭੈਣਾਂ ਦੀਆਂ ਗਾਲਾਂ ਕੱਢਦਾ, ਮੈਂ ਮਤਲਬ ਜੇ ਮੇਰੇ ਵਰਗਾ ਬੰਦਾ ਹੁੰਦਾ, ਅਤੇ ਉਹਨਾਂ ਗੱਲਾਂ ਨੂੰ ਲੈ ਕੇ ਪਿਛਲੀ ਜਿਹੜੀ ਅਸੀਂ ਆਪਣੀ ਗੱਲ ਮੀਡੀਆ ਸਾਹਮਣੇ ਰੱਖੀ ਆ, ਅਤੇ ਜਿਹੜੀ ਬੰਦੇ ਗੱਲ ਕਰਦੇ ਆ ਵੀ ਅਧਿਕਾਰ ਨਹੀਂ,
ਅਧਿਕਾਰ ਤਾਂ ਇਹ ਸਤਿਗੁਰ ਨੇ, ਸੱਚੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਜਦੋਂ ਖਾਲਸਾ ਬਣਾਇਆ, ਪੰਥ ਦੇ ਵਿੱਚ ਆਪਾਂ ਸਾਰੇ ਉਹਦੇ ਵਿੱਚ ਪਰਸਨ ਆ, ਸਾਰੇ ਬੰਦੇ ਉਹਦੇ ਵਿੱਚ ਪਾਰਟੀਸਪੇਟ ਕਰਦੇ ਹਾਂ ਆਪਣੇ ਗੁਰੂ ਦੇ। ਅਤੇ ਜਦੋਂ ਅਸੀਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਉਦੋਂ ਜਾ ਕੇ ਉਹਦੀ ਮੂਵਮੈਂਟ ਦੇ ਨਾਲ ਖੜ੍ਹਦੇ ਹਾਂ, ਉਦੋਂ ਲੜਾਈ ਲੜਦੇ ਹਾਂ। ਜਦੋਂ ਕਿਤੇ ਸਰਬੱਤ ਖਾਲਸਾ ਜਾਂ ਕਿਸੇ ਤਰ੍ਹਾਂ ਦੀ ਵੀ ਕੌਮੀ ਕੋਈ ਕਾਨਫਰੰਸ ਹੁੰਦੀ ਆ, ਜਦੋਂ ਅਸੀਂ ਉੱਥੇ ਪਹੁੰਚ ਕੇ ਲੜਾਈ ਲੜਦੇ ਹਾਂ, ਜਦੋਂ ਕੌਮ ਲਈ ਜੇਲ੍ਹਾਂ ਭੁਗਤਦੇ ਹਾਂ, ਜਦੋਂ ਥਾਣਿਆਂ 'ਚ ਸਾਨੂੰ ਜਲੀਲ ਕੀਤਾ ਜਾਂਦਾ, ਉਦੋਂ ਉਹ ਕਮੈਂਟ ਕਰਨ ਵਾਲੇ ਲੋਕ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਇਹਨਾਂ ਬੰਦਿਆਂ ਨੂੰ ਅਧਿਕਾਰ ਨਹੀਂ ਕੋਈ ਗੱਲ ਕਰਨ ਦਾ? ਮੈਂ ਤਾਂ ਇਹ ਕਹੂੰਗਾ ਕਿ ਗੁਰਦਾਸ ਮਾਨ ਦੀ ਗਲਤੀ ਦੇ ਉੱਤੇ ਜੇ ਕੋਈ ਬੰਦਾ ਉਹਦੇ ਹੱਕ 'ਚ ਬਿਨਾਂ ਵਜ੍ਹਾ ਬੋਲ ਕੇ ਆਪਣੇ ਵੱਲ ਨੂੰ ਉਹ ਸਾਰੀ ਗੱਲ ਲੈ ਗਿਆ ਤਾਂ ਉਹ ਕੇਸ ਮੱਖਣ ਆ। ਅਤੇ ਮੈਂ ਇਹਨੂੰ ਇਹ ਵੀ ਗੱਲ ਕਹੂੰਗਾ ਵੀ ਇਸ ਬੰਦੇ ਨੇ ਇੱਕ ਗੱਲ ਹੋਰ ਕਹੀ ਆ ਕਕਾਰ ਲਾਉਂਦਿਆਂ ਕਿ ਮੇਰੀ ਜਿਹੜੀ ਬੇਇੱਜ਼ਤੀ ਆ ਮੇਰੀ ਬਹੁਤ ਹੋ ਗਈ ਜਾਂ ਮੇਰੇ 'ਤੇ ਭੇਖੀ ਦੇ ਸ਼ਬਦ ਲੱਗੇ ਆ। ਮੈਂ ਇਹਨੂੰ ਗੁਰਬਾਣੀ ਦੀ ਇੱਕ ਪੰਕਤੀ ਦੱਸਣਾ ਚਾਹੁੰਦਾ ਕਿ ਜਦੋਂ ਸਿੱਖ ਬੰਦਾ ਬਣਦਾ ਨਾ, ਸਿੱਖ ਦਾ ਸਭ ਤੋਂ ਵੱਡਾ ਸਿਧਾਂਤ ਉਹਦਾ ਗਹਿਣਾ ਨਿਮਰਤਾ ਅਤੇ ਸਿਦਕ। ਸਿੱਖੀ ਜਿੰਨੀ ਵੀ ਖੜ੍ਹੀ ਆ ਇਹਦੀ ਨੀਂਹ ਜਿਹੜੀ ਆ ਉਹ ਸਿਦਕ 'ਤੇ ਰੱਖੀ ਆ। ਅਤੇ ਜਦੋਂ ਤੁਹਾਡਾ ਸਿਦਕ ਹੀ ਨਹੀਂ ਹੈ ਤਾਂ ਫਿਰ ਤੁਸੀਂ ਐਵੇਂ ਦੀਆਂ ਗੱਲਾਂ ਕਿਉਂ ਕੀਤੀਆਂ? ਜੇ ਤੁਹਾਡੇ 'ਚ ਚੋਟ ਸਹਿਣ ਦੀ, ਸਾਹਮਣਾ ਕਰਨ ਦੀ ਤਾਕਤ ਹੀ ਨਹੀਂ ਹੈ, ਫਿਰ ਤੁਹਾਨੂੰ ਜ਼ਰੂਰਤ ਕੀ ਸੀ ਵੀ ਤੁਸੀਂ ਐਵੇਂ ਮਤਲਬ ਐਡੀ ਵੱਡੀ ਗੱਲ ਕਹਿ ਦਿੱਤੀ ਕਿ ਮੈਂ ਪੰਜਾਬੀਆਂ ਨੂੰ? ਕੌਣ ਸੀਗੇ ਆਖਰ ਨੂੰ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ? ਕੌਣ ਲੋਕ ਸੀਗੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ? ਅਤੇ ਗੁਰਦਾਸ ਮਾਨ ਨੇ ਦਿਲ ਕਿਹਨਾਂ ਦਾ ਦਿਖਾਇਆ? ਪੰਜਾਬੀਆਂ ਦਾ। ਅਤੇ ਉਹਨਾਂ ਦੇ ਜਿਹੜੀ ਬੱਤੀ ਦੀ ਗੱਲ ਆਈ ਸੀ, ਗੁਰਦਾਸ ਮਾਨ ਨੇ ਬੱਤੀ ਦੀ ਟਿੱਚਰ ਜਿਹੜੀ ਹੈ ਕਿਹਨੂੰ ਕੀਤੀ ਸੀ? ਪੰਜਾਬੀਆਂ ਨੂੰ। ਅਤੇ ਕੇਐਸ ਮੱਖਣ ਨੇ ਉਸੇ ਗੱਲ ਨੂੰ ਕਹਿਤਾ ਵੀ ਗੁਰਦਾਸ ਮਾਨ ਜਿੰਦਾਬਾਦ ਆ, ਅਤੇ ਜਿਹੜੀ ਉਹਨੇ ਗੱਲ ਕੀਤੀ ਆ ਉਹ ਇੱਕ ਸਾਹਿਤਕ ਗੱਲ ਆ। ਅਤੇ ਦੂਜੀ ਗੱਲ, ਜੇ ਮੈਂ ਹੁੰਦਾ ਤਾਂ ਮੈਂ ਭੈਣਾਂ ਮਾਵਾਂ ਦੀਆਂ ਗਾਲਾਂ ਕੱਢਦਾ, ਧੀ ਭੈਣ ਇੱਕ ਹੋ ਜਾਣੀ ਸੀ। ਇਹਦਾ ਸਾਰਾ ਜਿਹੜਾ ਫਿਰ ਉਹ ਵਿਦਰੋਹ ਹੋਣਾ ਤਾਂ ਆਮ ਇੱਕ ਸੱਭਿਅਕ ਗੱਲ ਆ ਵੀ ਹੋਣਾ ਹੀ ਹੋਣਾ। ਸਿਧਾਂਤ ਕਿਹਾ ਵੀ ਜਦੋਂ ਕੋਈ ਬੰਦਾ ਇਸ ਤਰ੍ਹਾਂ ਮਤਲਬ ਸਾਡੇ ਸਿੱਖ ਭਰਾ ਨੂੰ ਐਡੀ ਗੱਲ ਦਾ ਅਤੇ ਉਹਦੇ ਸਮਰਥਨ 'ਚ ਖੜ੍ਹ ਜੇ, ਇਹ ਕਹਿੰਦਾ ਵੀ ਮਾਫ਼ੀ। ਗੁਰਦਾਸ ਮਾਨ ਜਿਸ ਦਿਨ ਇਹਨੇ ਵੀਡੀਓ ਪਾਈ ਆ, ਕੀ ਇੱਕ ਵਾਰ ਵੀ ਗੁਰਦਾਸ ਮਾਨ ਨੇ ਮਾਫ਼ੀ ਮੰਗੀ ਆ? ਜੇ ਉਹਨੇ ਇੱਕ ਵਾਰ ਰੇਡੀਓ ਚੈਨਲ 'ਤੇ ਬੋਲਿਆ ਹਾਂ ਇੱਕ ਰਾਸ਼ਟਰ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਆ, ਇਹਨੂੰ ਮਾਸੀ ਬਣਾ ਲਓ ਬਾਬਿਓ। ਦੂਜੀ ਵਾਰੀ ਜਦੋਂ ਉਹ ਇੱਕ ਪ੍ਰੈਸ ਕਾਨਫਰੰਸ 'ਚ ਪਹੁੰਚਿਆ, ਉੱਥੇ ਉਹਨੂੰ ਸਵਾਲ ਹੋਣ ਲੱਗੇ ਤਾਂ ਉੱਥੇ ਵੀ ਉਹਨੇ ਇਹੀ ਗੱਲ 'ਤੇ ਮਜ਼ਬੂਤੀ ਦਿੱਤੀ। ਜਦੋਂ ਉਹ ਸਟੇਜ ਦੇ ਉੱਤੇ ਚਲਾ ਜਾਂਦਾ, ਉੱਥੇ ਸ਼ੋਅ ਕਰਦਾ, ਉਹਦਾ ਵਿਰੋਹ ਹੁੰਦਾ, ਉਹ ਮਾਫ਼ੀ ਮੰਗਣ ਦੀ ਬਜਾਏ ਉੱਥੇ ਵੀ ਉਸੇ ਸਟੈਂਡ 'ਤੇ ਉਹ ਰਹਿੰਦਾ। ਅਤੇ ਜਦੋਂ ਉਹ ਕੈਨੇਡਾ ਤੋਂ ਵਾਪਸ ਆ ਜਾਂਦਾ ਅਤੇ ਉਦੋਂ ਵੀ ਉਸੇ ਸਟੈਂਡ 'ਤੇ ਮਜ਼ਬੂਤ ਰਹਿੰਦਾ। ਅਤੇ ਫਿਰ ਜਦੋਂ ਜਿਹੜਾ ਉਸ ਬੰਦੇ ਨਾਲ ਜਿਹੜਾ ਪੰਜਾਬੀ ਪੰਜਾਬੀ ਮਾਂ ਬੋਲੀ ਦੇ ਪੰਜਾਬੀਆਂ ਦੇ ਸਿੱਖ ਕੌਮ ਦੇ ਖਿਲਾਫ ਆ, ਹੁਣ ਕਈ ਲੋਕ ਕਹਿੰਦੇ ਵੀ ਤੁਸੀਂ ਪੰਜਾਬੀ ਨੂੰ ਸਿੱਖੀ ਨਾਲ ਕਿਉਂ ਜੋੜਦੇ ਹੋ? ਅਤੇ ਇਹ ਗੱਲ ਆ ਵੀ ਜਦੋਂ ਸਾਡਾ ਸਾਰਾ ਸਾਹਿਤ, ਸਾਡੀ ਸਾਰੀ ਆਪਣਾ ਸਿੱਖ ਇਤਿਹਾਸ, ਗੁਰਬਾਣੀ ਉਹ ਹੈ ਹੀ ਸਾਰੀ ਗੁਰਮੁਖੀ 'ਚ ਆ, ਪੰਜਾਬੀ 'ਚ ਆ, ਅਤੇ ਫਿਰ ਸਿੱਖੀ ਅਤੇ ਪੰਜਾਬੀ ਵੱਖੋ ਵੱਖ ਕਿਵੇਂ ਆ? ਇਹ ਉਹ ਮਹਾਂ ਮਤਲਬ ਗਲਤ ਗੱਲ ਆ, ਬੜੀ ਵੱਡੀ ਗਲਤੀ ਆ। ਜਿਹੜੇ ਲੋਕ ਇਹਨੂੰ ਦੋ ਪਾਰਟ 'ਚ ਦੇਖਦੇ ਆ, ਸਿੱਖੀ ਅਤੇ ਪੰਜਾਬੀ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹੈ ਜਿਹੜੇ ਆਪਸ ਦੇ ਵਿੱਚ ਨਿਖੜਵੇਂ ਅੰਗ ਆ, ਜਿਹੜੇ ਕਦੇ ਨਿਖੜ ਨਹੀਂ ਸਕਦੇ। ਅਤੇ ਹੁਣ ਉਹ ਬੰਦੇ ਜਿਹੜੀ ਗੱਲ ਕਰ ਰਹੇ ਆ, ਮੈਂ ਉਹਨੂੰ ਦਲੀਲ ਨਾਲ ਉਹ ਕਰਨੀ ਚਾਹੁੰਦਾ ਕਿ ਸਤਿਗੁਰ ਨੇ ਆਖਿਆ ਵੀ ਜਿਹੜੀ ਬੰਦੇ ਦੀ ਸਿੱਖੀ ਆ ਉਹ ਤਾਂ ਉਸ ਦੇ ਉੱਤੇ ਮਕਬੂਲੀਅਤ ਪਾ ਸਕਦਾ ਜਾਂ ਜਦੋਂ ਉਹ ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ, ਜਨ ਨਾਨਕ ਇਹ ਖੇਲ ਕੱਠਣ ਹੈ, ਕਿਨਹੂੰ ਗੁਰਮੁਖ ਜਾਨਾ। ਕੇਐਸ ਮੱਖਣ ਵਰਗੇ ਮੰਦ ਬੁੱਧੀ, ਛੋਟੀ ਸੋਚ, ਛੋਟੇ ਹਿਰਦੇ ਦੇ ਕਾਲੇ ਪੈਣ ਵਾਲੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਆਪਣੀ ਜਿਹੜੀ ਇਹ ਸਬੂਤ ਦੇ ਰਹੇ ਆ ਉਹ ਇੱਕ ਬੱਚੇ ਵਾਲੀ
ਕਹਿ ਲਓ ਵੀ ਆਪਣੇ ਹੀ ਫੈਸਲਿਆਂ ਦੇ ਉੱਤੇ ਸੈਟੀਸਫਾਈ ਨਹੀਂ ਹੈ। ਇਹੋ ਜਿਹੇ ਇਨਸਾਨ ਬਹੁਤ ਮਿਲ ਜਾਣਗੇ ਤੁਹਾਨੂੰ ਜਿਹੜੇ ਆਪਣੇ ਮਤਲਬ ਆਪਣੇ ਦਿਮਾਗ ਤੋਂ ਸਿਰਫ ਉਹ ਕਰਦੇ ਆ, ਉਹਨਾਂ ਦੀ ਦਿਲੀ ਸੋਚ ਕੁਛ ਨਹੀਂ। ਉਹ ਕਦੇ ਰੋਣ ਲੱਗ ਪੈਂਦੇ ਆ, ਕਦੇ ਕੁਛ ਵਿਖਾਵਾ, ਕਦੇ ਉਹਨਾਂ ਨੂੰ ਜੀ ਕਰਦਾ ਮੈਂ ਸਿੱਖ ਸਾਜਾਂ, ਫਿਰ ਉਹਨਾਂ ਦਾ ਸਿੱਖੀ ਦਾ ਜੀ 'ਚ ਕਰਦਾ ਮੈਂ ਹਿੰਦੂ ਵੀ ਬਣ ਜਾਂ, ਫਿਰ ਮੈਂ ਡੇਰਿਆਂ 'ਤੇ ਵੀ ਜਾਣਾ। ਉਹ ਇੱਕ ਮੰਦਬੁੱਧੀ ਹੁੰਦੀ ਹੈ, ਜਿਹੜਾ ਛੋਟਾ ਹਿਰਦਾ ਹੁੰਦਾ, ਸੋਚਣ ਸ਼ਕਤੀ ਜਿਹੜੀ ਘੱਟ ਹੁੰਦੀ ਹੈ। ਅਤੇ ਇਹੋ ਜਿਹੇ ਲੋਕਾਂ ਵਾਸਤੇ ਸਤਿਗੁਰ ਨੇ ਆਖਿਆ ਵੀ ਜੇ ਗੁਰਬਾਣੀ ਜਿਹੜੀ ਆ ਇਹਨੂੰ ਪੜ੍ਹਿਆ ਨਿਮਰਤਾ ਦੇ ਨਾਲ ਵਿਚਾਰਿਆਂ ਤੁਹਾਨੂੰ ਜੀਵਨ ਜਾਚ ਆਊਗੀ। ਹੁਣ ਸਤਿਗੁਰ ਨੇ ਆਖਿਆ ਔਖਾ ਕੰਮ ਕੀ ਆ, ਹੁਣ ਇਹ ਉੱਥੇ ਇੱਕ ਦਲੀਲ ਹੋਰ ਦੇ ਰਿਹਾ ਵੀ ਅਸੀਂ ਖੰਡ ਪਾਠ ਕਰਾਉਂਦੇ ਹਾਂ, ਬਾਣੀ ਪੜ੍ਹਦੇ, ਵੈਸੇ ਚਲੋ ਕਰਾਉਂਦੇ ਆ ਵਧੀਆ ਗੱਲ ਆ, ਜਿਹੜਾ ਇਨਸਾਨ ਕਰਾਉਂਦਾ ਉਹਨੂੰ ਦੱਸਣ ਦੀ ਵੀ ਜ਼ਰੂਰਤ ਨਹੀਂ, ਜੇਕਰ ਗੁਰਬਾਣੀ ਉਹਦੇ ਅੰਦਰ ਆ ਤਾਂ ਗੁਰਬਾਣੀ ਤਾਂ ਸਤਿਗੁਰ ਕਹਿੰਦੇ ਜਦੋਂ ਇਹ ਰਸ ਜਿਹੜਾ ਇਹ ਰਸ ਜਦੋਂ ਆ ਜਾਂਦਾ ਇਹ ਰਸ ਆਵਾ ਉਹ ਰਸ ਜਾਵਾ, ਗੁਰਬਾਣੀ ਤਾਂ ਡੁੱਲ ਡੁੱਲ ਪੈਂਦੀ ਹੈ। ਉਸ ਦਿਨ ਪਿਛਲੀ ਜੋ ਅਸੀਂ ਵਿਚਾਰ ਕਰਕੇ ਗਏ ਹਾਂ, ਮੈਂ ਸਮਝਦਾ ਕਿਤੇ ਨਾ ਕਿਤੇ ਸਤਿਗੁਰ ਦੇ ਉਸ ਜੋਸ਼ ਦੇ ਜੋ ਸਾਡੇ ਦਿਲ 'ਚੋਂ ਦੁੱਖ ਲੱਗਾ ਵੀ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਪੰਜਾਬੀ ਦੀ ਸਪੋਰਟ ਕਰਨ ਵਾਲਿਆਂ ਨੂੰ, ਅਤੇ ਉਹਦੇ ਵਿੱਚ ਅਸੀਂ ਵੀ ਜੋਸ਼ੀਲੇ ਉਹਦੇ ਨਾਲ ਬੋਲੇ ਹਾਂ, ਬਿਲਕੁਲ ਬੋਲੇ ਹਾਂ। ਔਰ ਜਦੋਂ ਕੋਈ ਜੋਸ਼ ਦੇ ਨਾਲ ਸਾਨੂੰ ਟੱਕਰ ਦਊਗਾ ਤਾਂ ਉੱਥੇ ਜਿਹੜੀ ਸਿੱਖੀ ਹੈ ਇਹ ਜੋਸ਼ ਨਾਲ ਹੀ ਉਤਪੰਨ ਹੁੰਦੀ ਹੈ, ਜੋਸ਼ ਨਾਲ ਉਤਪੰਨ ਹੁੰਦੀ। ਨਿਮਰਤਾ ਦੀ ਤੁਸੀਂ ਗੱਲ ਕੀਤੀ ਹੈ, ਪਰ ਲੋਕ ਇਹੀ ਸਵਾਲ ਕਰ ਰਹੇ ਨੇ ਕਮੈਂਟਾਂ ਦੇ ਵਿੱਚ, ਜਿਹੜੇ ਵਿਰੋਧੀ ਨੇ ਤੁਹਾਨੂੰ ਉਹ ਸਵਾਲ ਕਰ ਰਹੇ, ਕਹਿੰਦੇ ਜੇ ਸਿੱਖੀ ਨਿਮਰਤਾ 'ਤੇ ਚੱਲਣਾ ਸਿਖਾਉਂਦੀ ਹੈ ਫਿਰ ਅੱਧੀ ਅੱਧੀ ਬੱਤੀ ਦੇਣ ਦੀ ਗੱਲ ਤਾਂ ਕਹਿੰਦੇ ਕੁਲਦੀਪ ਸਿੰਘ ਢੈਂਠਲ ਨੇ ਵੀ ਕਰਤੀ ਸੀ ਵਿੱਚ। ਜਿਹੜੀ ਦੇਖੋ ਇਹ ਵੀ ਗੱਲ ਹੈ ਨਾ, ਜਦੋਂ ਕਿਸੇ ਨਾਲ ਰਣ ਦੇ ਵਿੱਚ ਜੂਝ ਰਹੇ ਹਾਂ ਜੇ ਤੀਰਾਂ ਦੀ ਲੜਾਈ ਹੁੰਦੀ ਹੈ ਤਾਂ ਤੀਰਾਂ ਨਾਲ ਲੜਦੇ ਰਹੇ, ਜਦੋਂ ਤਲਵਾਰਾਂ ਦੀ ਲੜਾਈ ਸੀ ਤਲਵਾਰਾਂ ਨਾਲ ਲੜਦੇ ਰਹੇ, ਜਦੋਂ ਹੱਥੋਂ ਹੱਥੀ ਲੜਾਈ ਸੀ ਹੱਥੋਂ ਹੱਥੀ ਲੜਦੇ ਰਹੇ। ਜਿਹੋ ਜਿਹੀ ਲੜਾਈ ਹੁੰਦੀ ਆ, ਜੇ ਕੋਈ ਜਿਹੋ ਜਿਹਾ ਕੋਈ ਹਾਲਾਤ ਕ੍ਰੀਏਟ ਹੁੰਦੇ ਆ ਉਹਦੇ ਮੁਤਾਬਕ ਹੀ ਸਿੱਖ ਲੜਾਈ ਲੜਦਾ। ਔਰ ਜੇ ਜਿਸ ਜ਼ਬਾਨ ਦੇ ਨਾਲ ਕਿਸੇ ਨੇ ਜਵਾਬ ਸਾਡੇ 'ਤੇ ਕੀਤਾ, ਕੋਈ ਜਿਸ ਜ਼ਬਾਨ ਦੇ ਨਾਲ ਸਾਡੇ ਜੈਸੀ ਖੂਹ ਦੇ ਵਿੱਚ ਆਵਾਜ਼ ਕੋਈ ਮਾਰੂਗਾ ਫਿਰ ਉਹਨੂੰ ਉਸੇ ਦੇ ਜਵਾਬ ਦਿੱਤਾ ਜਾਊਗਾ। ਕਿਉਂ ਮੈਂ ਆਪਣੇ ਪੱਲਿਓਂ ਨਹੀਂ ਕਹਿੰਦਾ, ਜਿਨ੍ਹਾਂ ਲੋਕਾਂ ਨੂੰ ਯਕੀਨ ਨਹੀਂ ਇਹ ਲੋਕ ਮੂਰਖ ਆ, ਥੱਲੇ ਕਮੈਂਟਾਂ ਕਰਨ ਵਾਲਿਆਂ ਦੀ ਹਰੇਕ ਦੀ ਆਪੋ ਆਪਣੀ ਚੋਇਸ ਹੁੰਦੀ ਹੈ। ਜਦੋਂ ਆਪਾਂ 15 ਮਿੰਟ ਕੋਈ ਗੱਲ ਦੀ ਤਕਰੀਰ ਕਰ ਰਹੇ ਹਾਂ, 15 ਮਿੰਟਾਂ ਦੇ ਵਿੱਚੋਂ ਸੁਣਨ ਵਾਲੇ ਜੇ 15,000 ਨੇ ਤਾਂ ਉਹ ਅੱਧਾ ਅੱਧਾ ਸਕਿੰਟ ਵੰਡ ਲੈਣਾ, ਉਹਨਾਂ ਨੂੰ ਆਪੋ ਆਪਣੀ ਗੱਲ ਦੇਖਣੀ, ਉਹਨਾਂ ਨੇ ਉਹਨਾਂ ਵਾਸਤੇ ਉਹਦੇ ਵਿੱਚ ਕੀ ਚੰਗਾ, ਉਹਨਾਂ ਨੇ ਇਹ ਨਹੀਂ ਦੇਖਣਾ, ਉਹਨਾਂ ਨੇ ਤਾਂ ਆਪਣੇ ਵਾਸਤੇ ਦੇਖਣਾ। ਜੇ ਕਿਸੇ ਨੂੰ ਇੱਕ ਗੱਲ ਇਹਦੀ ਚੰਗੀ ਨਹੀਂ ਲੱਗੀ ਵੀਰ ਦੀ, ਮੇਰੀ ਨਹੀਂ ਲੱਗੀ ਕੇਸ ਮੱਖਣ ਦੀ, ਗੁਰਦਾਸ ਮਾਨ, ਉਹਨਾਂ ਨੇ ਇੱਕ ਇੱਕ ਗੱਲ ਦਾ ਕਮੈਂਟ ਕਰਨਾ, ਨਾ ਕਿ ਸਾਰੀਆਂ ਦਾ। ਅਤੇ ਜਿਹੜਾ ਤਕਰੀਰ ਕਰ ਰਿਹਾ ਹੁੰਦਾ ਉਹਨੇ ਸਾਰੀ ਗੱਲ ਨੂੰ ਵਾਚਣਾ ਹੁੰਦਾ, ਉਹ ਉਸੇ ਲਿਹਾਜੇ ਦੇ ਵਿੱਚ ਹੁੰਦਾ। ਅਤੇ ਹੁਣ ਮੈਂ ਗੱਲ ਕਰਦਾ, ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ, ਮਹਾਰਾਜ ਕਹਿੰਦੇ ਆਪਣਾ ਮੂਰਖ ਗੰਢ ਪਵੈ ਮੂੰਹ ਮਾਰ, ਇਹ ਤਾਂ ਗੱਲ ਕਰਦੇ ਨਾ ਵੀ ਬੱਤੀ ਦੀ ਜਿਹੋ ਜਿਹੀ ਆਵਾਜ਼ ਉਹਨਾਂ ਦਿੱਤੀ ਉਹੋ ਜਿਹੀ ਆਵਾਜ਼ 'ਚ ਜਵਾਬ ਦਿੱਤਾ। ਗੁਰੂ ਸਾਹਿਬ ਤਾਂ ਕਹਿੰਦੇ ਵੀ ਜੇ ਕੋਈ ਮੂਰਖ ਗੁਰਬਾਣੀ 'ਤੇ ਕਿੰਤੂ ਪਰੰਤੂ ਕਰਦਾ, ਤੁਹਾਡੇ ਬਾਣੇ 'ਤੇ ਕਿੰਤੂ ਪਰੰਤੂ ਕਰਦਾ, ਚਿੱਕੜ ਉਛਾਲਦਾ, ਜਾਂ ਤੁਸੀਂ ਜਿਵੇਂ ਕਕਾਰ ਉਤਾਰ ਕੇ ਗੁਰਬਾਣੀ ਦਾ ਮਜ਼ਾਕ ਬਣਾ ਰਹੇ ਹੋ, ਸਿੱਖੀ ਦਾ ਮਜ਼ਾਕ, ਅਤੇ ਸਤਿਗੁਰ ਕਹਿੰਦੇ ਐਸੇ ਇਨਸਾਨਾਂ ਨੂੰ ਮੂਰਖਾਂ ਨੂੰ ਤਾਂ ਅਕਲਾਊਗੀ, ਕਿਵੇਂ ਕਹਿੰਦੇ ਸਤਿਗੁਰ ਕਹਿੰਦੇ ਆਪਣਾ ਮੂਰਖ ਗੰਢ ਪਵੈ ਮੂੰਹ ਮਾਰ, ਕਹਿੰਦੇ ਇਹੋ ਜਿਹੇ ਮੂਰਖਾਂ ਦਾ ਜਿਹੜਾ ਮੂੰਹ ਹੈ ਉਹ ਮੁੱਕੀ ਨਾਲ ਘਸੋਨ ਨਾਲ ਕੁੱਟ ਦੇਣਾ ਚਾਹੀਦਾ ਤਾਂ ਇਹਨਾਂ ਨੂੰ ਅਕਲ ਆਊਗੀ। ਕਿਉਂਕਿ ਇੱਥੇ ਮੂਰਖਾਂ ਦੇ ਨਾਲ ਜਿਹੜਾ ਮੂਰਖੀ ਟੋਲਾ ਰਲਿਆ ਫਿਰਦਾ, ਕਿਸੇ ਨੂੰ ਕੋਈ ਪਤਾ ਨਹੀਂ ਗੱਲ ਕਿੱਥੋਂ ਚੱਲਦੀ ਆ। ਅਜ ਕੇ ਐਸ ਮੱਖਣ ਨੂੰ ਤਾਂ ਇੰਨਾ ਨਹੀਂ ਪਤਾ ਵੀ ਅਜੇ ਤੱਕ ਗੁਰਦਾਸ ਮਾਨ ਦਾ ਸਟੈਂਡ ਸਪੱਸ਼ਟ ਆ, ਇੱਕ ਰਾਸ਼ਟਰੀ ਭਾਸ਼ਾ ਹਿੰਦੀ ਲੈਂਗੁਏਜ 'ਤੇ, ਅਤੇ ਤੂੰ ਉਹਦੀ ਸਪੋਰਟ ਲੈ ਕੇ ਕੈਸੀ ਉਹ ਹਾਲਾਤ ਆਪਣੇ ਕਰ ਲਏ ਕਿ ਮੈਂ ਤਾਂ ਅਰਦਾਸ ਕਰਦਾ ਸਤਿਗੁਰ ਅੱਗੇ ਕਿ ਤੈਨੂੰ ਸਮੱਤ ਬਖਸ਼ੇ। ਕਿਉਂ ਇਹ ਜਿਹੜਾ ਅਸੀਂ ਬੀਜਦੇ ਹਾਂ ਨਾ, ਇਹ ਬੀਜਣ ਲੱਗਿਆਂ ਆ ਤੁਹਾਡੇ ਪਿੱਛੇ ਰੋਕਿਆ, ਬੋਰਡ ਦੇ ਆ, ਪਿੱਪਲ ਦੇ ਆ, ਜਾਮਣ ਦਾ, ਕੋਈ ਵੀ ਰੋਕਿਆ, ਬੋਰਡ ਦਾ ਜਿਹੜਾ ਦਾਣਾ ਉਹ ਕਹਿੰਦੇ ਇੱਕ ਤਿਲ ਨਾਲੋਂ ਵੀ ਛੋਟਾ ਹੁੰਦਾ, ਤਿਲ ਦੇ ਨਾਲੋਂ, ਪਰ ਜਦੋਂ ਉਹ ਉੱਗਦਾ ਨਾ ਬਹੁਤ ਵਿਸ਼ਾਲ ਬਣ ਜਾਂਦਾ।
ਇਸੇ ਤਰ੍ਹਾਂ ਉਦਾਹਰਨਾਂ ਨੇ ਗੁਰਬਾਣੀ ਦੇ ਵਿੱਚ ਵੀ ਪਾਪ ਵੀ ਜਿਹੜਾ ਉਹ ਤਿਲ ਦੀ ਤਰ੍ਹਾਂ ਹੀ ਬੀਜਿਆ ਜਾਂਦਾ। ਇਹ ਜਿਹੜੀ ਤੁਸੀਂ ਮਤਲਬ ਇੱਕ ਵਿਖਾਵਾ ਕੀਤਾ ਨਾ, ਨਾਟਕ ਕੀਤਾ, ਇਹ ਤਿਲ ਜਿੰਨਾ ਬੀਜਿਆ, ਪਰ ਇਹ ਤੁਹਾਡੀਆਂ ਕਈ ਪੀੜ੍ਹੀਆਂ ਤੁਹਾਡੇ ਬੱਚਿਆਂ ਤੋਂ ਤੁਹਾਡੇ ਪਰਿਵਾਰ ਤੋਂ ਇਹਦਾ ਜਿਹੜਾ ਪਾਪ ਆ ਉਹ ਉਤਰਨਾ ਨਹੀਂ। ਇਸ ਕਰਕੇ ਕਿ ਮੱਖਣ ਸਾਹਿਬ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਵੀ ਜਿਹੜੀ ਚੀਜ਼ ਜ਼ਰੂਰਤ ਆ, ਤੁਸੀਂ ਇੰਨੇ ਮਤਲਬ ਆਪਣੇ ਆਪ ਨੂੰ ਹੀ ਮਤਲਬ ਝਟਕੇ ਦੇ ਰਹੇ ਹੋ। ਜਦੋਂ ਅਸੀਂ ਕਿਸੇ ਦੀ, ਮੈਂ ਇੱਕ ਮਿਸਾਲ ਦਿੰਦਾ, ਕੋਈ ਬੰਦਾ ਗੁੜ ਖਾ ਰਿਹਾ ਸੀ, ਬੱਚਾ ਮੁੰਡਾ ਨੌਜਵਾਨ ਗੁੜ ਖਾ ਰਿਹਾ ਸੀ, ਅਤੇ ਕੋਲੋਂ ਲੰਘਿਆ ਜਾਂਦਾ ਕੋਈ ਬਜ਼ੁਰਗ, ਕਹਿੰਦਾ ਵੀ ਗੁੜ ਨਹੀਂ ਖਾਈਦਾ, ਇਹਦੇ ਨਾਲ ਦੰਦ ਖਰਾਬ ਹੋ ਜਾਂਦੇ ਆ। ਉਹ ਕਹਿੰਦਾ ਵੀ ਮੇਰਾ ਬਾਪੂ ਵੀ ਇਹਦੇ ਨਾਲ ਦੰਦ ਖਰਾਬ ਹੋ ਜਾਂਦੇ ਆ। ਕਹਿੰਦਾ ਮੇਰੇ ਬਾਪੂ ਤਾਂ 110 ਸਾਲ ਦੀ ਉਮਰ 'ਚ ਵੀ ਖਰੋੜ ਚੱਬਦਾ ਰਿਹਾ, ਗੁੜ ਵੀ ਖਾਂਦਾ ਰਿਹਾ। ਕਹਿੰਦਾ ਉਹ ਕਿਵੇਂ? ਕਹਿੰਦਾ ਉਹ ਕਿਸੇ ਦੇ ਮਾਮਲੇ 'ਚ ਟੰਗ ਨਹੀਂ ਸੀ ਅੜਾਉਂਦਾ, ਉਹਦੇ ਦੰਦ ਤਾਂ ਬਚੇ ਹੋਏ ਸੀ ਵੀ ਕਿਸੇ ਦੇ ਮਾਮਲੇ 'ਚ ਟੰਗ ਨਹੀਂ ਸੀ ਅੜਾਉਂਦਾ। ਅਤੇ ਇਹ ਗੱਲ ਆ ਵੀ ਕਿਸੇ ਦੇ ਮਸਲੇ ਦੇ ਵਿੱਚ ਬਿਨਾਂ ਵਜ੍ਹਾ ਟੰਗ ਅੜਾ ਕੇ ਆਪਾਂ ਆਪਣੇ 'ਤੇ ਲੈ ਗਏ, ਆਪਾਂ ਆਪਣਾ ਨੁਕਸਾਨ ਕਰਾ ਰਹੇ ਹਾਂ, ਉਹ ਬੜੀ ਹੀ ਮੂਰਖਤਾਈ ਵਾਲੀ ਗੱਲ ਆ। ਅਤੇ ਜਿਹੜੇ ਕਮੈਂਟਾਂ ਦੀ ਗੱਲ ਆ, ਕਮੈਂਟਾਂ ਦੀ ਮੈਂ ਇਹੀ ਕਹਿ ਸਕਦਾ ਵੀ ਗੁਰਬਾਣੀ ਮੁਤਾਬਕ ਇਸ ਚੀਜ਼ ਨੂੰ ਬਿਲਕੁਲ ਸਤਿਗੁਰ ਨੇ ਕੰਡੈਮ ਕੀਤਾ ਵੀ ਜਿਹੜਾ ਬੰਦਾ ਜਿਸ ਤਰ੍ਹਾਂ ਦੀ ਆਵਾਜ਼ ਵਿੱਚ ਤੁਹਾਨੂੰ ਆਵਾਜ਼ ਮਾਰਦਾ, ਇਹ ਜ਼ਰੂਰ ਆ ਕਿ ਗੰਦੀ ਭੱਦੀ ਸ਼ਬਦਾਵਲੀ ਸਾਨੂੰ ਸ਼ੋਭਾ ਨਹੀਂ ਦਿੰਦੀ। ਨਾ ਅਸੀਂ ਬੋਲੀ ਆ, ਉਸ ਦਿਨ ਵੀ ਨਹੀਂ ਬੋਲੀ ਕਦੇ ਵੀ ਅਸੀਂ। ਇਹ ਸਤਿਗੁਰ ਕਿਰਪਾ ਰੱਖਣ ਵੀ ਅਸੀਂ ਆਪਣੇ ਇਸ ਗੁਰਬਾਣੀ ਰਸ ਤੋਂ, ਆਪਣੇ ਇਸ ਪਹਿਰਾਵੇ ਤੋਂ, ਇਸ ਬਾਣੇ ਤੋਂ ਬਾਹਰ ਜਾ ਕੇ ਕਿਸੇ ਨੂੰ ਵੀ ਕੋਈ ਮੰਦ ਸ਼ਬਦ ਨਾ, ਸਾਡੀ ਕੋਈ ਭਾਵਨਾ ਨਾ ਬੋਲਣ ਦੀ, ਨਾ ਕਿਸੇ ਨੂੰ ਹਰਟ ਕਰਨ ਦੀ। ਪਰ ਜੇ ਕੋਈ ਸਿੱਖੀ ਨੂੰ, ਪੰਜਾਬ ਨੂੰ, ਪੰਜਾਬੀਅਤ ਨੂੰ ਵੰਗਾਰੂਗਾ ਅਤੇ ਇਹ ਗੱਲ ਤੈਅ ਆ ਵੀ ਜਿਹੋ ਜਿਹਾ ਕੋਈ ਇਨਸਾਨ ਟੱਕਰੂਗਾ ਉਹਦੇ ਨਾਲ, ਉਸੇ ਤਰ੍ਹਾਂ ਦਾ ਹੀ ਇਹ ਸਿੱਖੀ ਜਿਹੜੀ ਹੈ, ਪੰਜਾਬੀ ਹੈ, ਇਹ ਲੋਹਾ ਲੈਣ ਜਾਣਦੀ ਹੈ ਅਤੇ ਇਹ ਲੈਂਦੀ ਰਹੂਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਠੀਕ ਹੈ ਪੰਜਰਤ ਸਾਹਿਬ, ਕੇ ਐੱਸ ਮੱਖਣ ਕਕਾਰ ਉਹਨਾਂ ਨੇ ਚਲੋ ਖੋਲ ਦਿੱਤੇ, ਲਾ ਦਿੱਤੇ ਜਾ ਕੇ, ਪਰ ਜੋ ਉੱਥੇ ਪ੍ਰਕਿਰਿਆ ਰਹਿੰਦੀ ਹੈ ਕਕਾਰ ਲਾਉਣ ਦੀ, ਕਿ ਉਸ ਨੂੰ ਸਿੱਖ ਮਰਿਆਦਾ ਇਜਾਜ਼ਤ ਦਿੰਦੀ ਹੈ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਜਾ ਕੇ ਕੀਤਾ ਜੀ? ਬਿਲਕੁਲ ਗਲਤ ਕੀਤਾ ਜਾਂਦਾ। ਮਰਿਆਦਾ ਕੀ ਹੈ? ਗੁਰੂ ਸਾਹਿਬ ਭੰਗ ਕਰਨ ਦੀ ਮਰਿਆਦਾ ਹੈ ਹੀ ਨਹੀਂ ਜੇ, ਇਹ ਮਰਿਆਦਾ ਹੀ ਨਹੀਂ ਹੈਗੀ। ਕਕਾਰ ਜਦੋਂ ਪਾਲੇ ਜਿਵੇਂ ਅਸੀਂ ਉਹਨੂੰ ਕਕਾਰ ਪਾਲੇ ਸਾਡੇ ਨਾਲ ਹੀ ਜਾਣਗੇ, ਇਹ ਹੈ ਹੀ ਨਹੀਂ, ਇਸ ਤਰ੍ਹਾਂ ਕਦੋਂ ਹੁੰਦਾ? ਬਹੁਤ ਲੋਕ ਨੇ ਜਿਹੜੇ ਹੁੰਦਾ ਇਹੋ, ਇਹ ਚੀਜ਼ ਹੀ ਨਹੀਂ ਹੈਗੀ। ਜਦੋਂ ਇੱਕ ਵਾਰ ਅਸੀਂ ਰਾਲੇ, ਹੁਣ ਸਾਡੇ ਨਾਲ ਉੱਪਰ ਹੀ ਜਾਣਗੇ ਜੀ ਕਕਾਰ, ਸਾਡੇ ਜਦੋਂ ਸਾਡਾ ਸੰਸਕਾਰ ਉਹ ਨਾਲ ਹੀ ਜਾਣਗੇ ਜੀ। ਨਹੀਂ ਬਹੁਤ ਸਾਰੇ ਲੋਕ ਨੇ, ਕਈ ਇਕੱਲਾ ਕੇ ਐੱਸ ਮੱਖਣ ਨੇ ਲਾਈਵ ਹੋ ਕੇ ਕਰਤਾ, ਪਰ ਬਹੁਤ ਸਾਰੇ ਲੋਕ ਨੇ ਜਿਹੜੇ ਅੰਮ੍ਰਿਤ ਛੱਕ ਦੇ ਛੱਡ ਦਿੰਦੇ ਨੇ। ਜਗਦੀਪ ਸਿੰਘ ਜੀ, ਇਹ ਵੀ ਤਾਂ ਬੇਪਤ ਹੋਇਆ ਪਿਆ ਸਾਲ ਦਾ, ਇਹਨੂੰ ਤਾਂ ਬਹਾਨਾ ਮਿਲਿਆ, ਇਹਨੂੰ ਸਾਲ ਤੁਹਾਨੂੰ ਪਤਾ ਹੀ ਆ, ਤੁਹਾਨੂੰ ਦੱਸਿਆ ਤੁਹਾਨੂੰ ਵੀ ਇਹਨੂੰ ਸਾਲ ਹੋ ਗਿਆ, ਇਸ ਕਈਆਂ ਤੋਂ ਸੁਣਿਆ ਸੀਗਾ ਇਹਨੇ ਅੰਮ੍ਰਿਤ ਭੰਗ ਕਰਤਾ ਹੋਇਆ। ਇਹ ਤਾਂ ਇਹਨੇ ਦੇਖਿਆ ਵੀ ਮੈਨੂੰ ਸਿੰਘਾਂ ਨੇ ਚੈਲੰਜ ਕਰਤਾ ਵੀ ਮੈਂ ਉਧਰੋਂ ਝੂਠਾ ਪੈ ਗਿਆ, ਉਧਰੋਂ ਝੂਠਾ ਪੈ ਗਿਆ, ਹੁਣ ਮੇਰੇ ਕੋਲ ਮੌਕਾ ਵਧੀਆ। ਇਹਨੇ ਤਾਂ ਮੌਕਾ ਭਾਲ ਕੇ ਆਪਣੇ ਆਪ ਨੂੰ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ, ਮੈਂ ਗਰਮ ਖਿਆਲੀਆਂ ਨੂੰ ਬਦਨਾਮ ਕਰਕੇ ਸਾਡੇ ਵਰਗਿਆਂ ਨੂੰ, ਅਤੇ ਮੈਂ ਸਾਡੇ ਨਾਲ ਹੈ ਅਤੇ 4-5 ਜਣਿਆਂ ਦੇ, ਅਤੇ ਮੈਂ ਸੱਚਾ ਹੋਵਾਂ, ਇਹ ਤਾਂ ਪਹਿਲਾਂ ਤੋਂ ਬੇਪਤ ਹੋਇਆ ਹੋਇਆ। ਹੁਣ ਕੋਈ ਕਿਸੇ ਤਰ੍ਹਾਂ ਦੀ ਉਹਦੇ ਨਾਲ, ਚਲੋ ਉਹਨੇ ਕਕਾਰ ਲਾ ਅਤੇ ਹੁਣ ਉਹ ਸਿੱਖੀ ਤੋਂ ਬੇਮੁੱਖ ਹੋ ਗਿਆ, ਤੁਹਾਡੇ ਨਾਲ ਕੋਈ ਸੰਬੰਧ ਹੈਗਾ ਹੁਣ, ਜਾਂ ਫਿਰ ਦੇਰ ਤੱਕ ਤਾਂ ਨਹੀਂ ਕੋਈ ਮਨ ਦੇ ਵਿੱਚ ਰੰਜਿਸ਼ ਵਗੈਰਾ ਰਹੂ? ਨਹੀਂ ਜੀ ਨਹੀਂ, ਸਾਡੇ ਵੱਲੋਂ ਗੁਰਦਾਸ ਮਾਨ ਦੇ ਨਾਲ ਜਾ ਕੇ ਉਸ ਉੱਧਰ ਮੈਂ ਬੁੱਲੇ ਸ਼ਾਹ ਕਹਿ ਕੇ ਲਾਡੀ ਸ਼ਾਹ ਡੇਰ 'ਤੇ ਜਾ ਕੇ ਗਿੱਧਾ ਪਾਵੇ ਜਾਂ ਜਿੱਥੇ ਮਰਜ਼ੀ ਭੇਟਾਂ ਗਾਵੇ ਸੀ, ਉਸ ਤੋਂ ਕੀ ਲੈਣਾ? ਅਸੀਂ ਤਾਂ ਜਦੋਂ ਤੱਕ ਸਿੰਘ ਸੀਗਾ ਗੁਰੂ ਦਾ, ਗਲਤੀਆਂ ਕਰਦਾ ਸੀ ਤਾਂ ਬੋਲਦੇ ਸੀ ਕਿ ਜਿੱਥੇ ਮਰਜ਼ੀ ਜਾਵੇ, ਕਿਉਂਕਿ ਉਹ ਜਾਨ ਨੂੰ ਖਤਰਾ ਦੱਸ ਰਿਹਾ ਨਾ ਆਪਣੀ ਨੂੰ। ਨਾ ਸਾਡੇ ਕੋਲ ਅਸੀਂ ਇਹਨੂੰ ਕੁਛ ਕਹਿ ਰਹੇ ਉਹਨੂੰ, ਅਸੀਂ ਤਾਂ ਉਦਣ ਵੀ ਇਹਨੂੰ ਇਹ ਗੱਲ ਸਮਝ, ਅਸੀਂ ਤਾਂ ਉਦਣ ਵੀ ਤੁਹਾਡੇ ਕੋਲ ਆ ਕੇ ਇਹੀ ਗੱਲ ਕਹੀ ਸੀ, ਇੱਟਾਂ ਰੋੜੇ ਵਿਖਾ ਰਿਹਾ ਤੂੰ ਭਰਾਵਾ, ਇਹ ਡਰਨ ਵਾਲੇ ਕੋਨੀ, ਪਰ ਅਸੀਂ ਇਹਨੂੰ ਇਹ ਗੱਲ ਕਹੀ ਸੀ ਵੀ
ਜਾਨ ਤੋਂ ਮੁੱਦਣ ਦੀ ਵੀ ਅਸੀਂ ਗੱਲ ਨਹੀਂ ਕੀਤੀ ਨਾ ਅਸੀਂ ਜਾਣ ਵਾਲੀ ਇਹਦੇ ਨਾਲ ਸਾਡਾ ਕੋਈ ਡਿੱਗਾ ਤਿੱਗਾ ਸਿੱਖੀ ਤੱਕ ਸੰਬੰਧ ਸੀਗਾ ਸਿੱਖੀ ਤੋਂ ਬਾਹਰ ਹੋ ਗਿਆ ਜਿੱਥੇ ਮਰਜ਼ੀ ਜਾਵੇ ਇਹ ਮਸਤਾਂ ਦੇ ਡੇਰੇ 'ਤੇ ਜਾਵੇ ਭੇਟਾਂ ਗਾਵੇ ਗਿੱਧੇ ਪਾਵੇ ਜੋ ਮਰਜ਼ੀ ਕਰੇ ਤੂੰ ਖੁੱਲ੍ਹੀ ਛੁੱਟੀ ਹੈ ਇਹਨੂੰ ਠੀਕ ਹੈ ਨਾ ਜੀ ਸਾਡੇ ਨਾਲ ਤਾਂ ਕੋਈ ਸੰਬੰਧ ਨਹੀਂ ਹੈਗਾ ਅਸੀਂ ਜਾਣਦੇ ਹਾਂ ਅਸੀਂ ਆਪਣੇ ਸਿੰਘਾਂ ਨੂੰ ਜਾਣਦੇ ਜਿਨ੍ਹਾਂ ਨੇ ਕੁਰਬਾਨੀਆਂ ਕਰਤੀਆਂ ਦਰਬਾਰ ਸਾਹਿਬ 'ਤੇ ਜੋ ਅਟੈਕ ਹੋਇਆ ਸੰਤ ਜਰਨੈਲ ਸਿੰਘ ਜੀ ਨੂੰ ਘੇਰਾ ਪੈ ਗਿਆ ਸੀਗਾ ਚਾਰ ਚਪੇਰਿਓਂ ਇੰਨੀ ਫੌਜ ਸੀਗੀ ਉਹਨਾਂ ਨੇ ਆਪਣੀ ਕੌਮ ਦੀ ਖਾਤਰ ਕਿਵੇਂ ਗੋਲੀਆਂ ਚੱਲਦੀਆਂ ਸੀ ਉਹਨਾਂ 'ਤੇ ਜਿਹਨੇ ਉਹਨਾਂ ਨੂੰ ਚੁੱਕੇ ਉਹ ਸਾਡੇ ਸਿੰਘ ਤਾਂ ਐਵੇਂ ਦੇ ਨੇ ਤੇਰੇ ਵਰਗੇ ਥੋੜ੍ਹੀ ਨਾ ਸਿੰਘ ਤੂੰ ਉਹਨੂੰ ਮਸਲੇ ਨੂੰ ਹੱਲ ਕਰਨ ਦੀ ਬਜਾਏ ਤੂੰ ਸਾਨੂੰ ਨਵੀਂ ਦੁਵਿਧਾ 'ਚ ਪਾ ਗਿਆ ਸਿੱਖ ਕੌਮ ਨੂੰ ਅੱਜ ਇੱਕ ਸਿੰਘ ਨੇ ਲਾਈਵ ਹੋ ਕੇ ਕਿਹਾ ਵੀ ਇਹਦਾ ਕਈ ਕਹਿ ਰਹੇ ਨੇ ਲਾਈਵ ਹੋ ਕੇ ਹੁਣ ਮੈਂ ਸੁਣ ਕੇ ਆਇਆ ਬਹੁਤ ਬੰਦੇ ਤਾਂ ਖਿਲਾਫ ਦੇ ਬੋਲ ਰਹੇ ਸੀ ਅੱਜ ਇਕੱਲੇ ਇੱਥੇ ਖੜ੍ਹੇ ਹਾਂ ਇਹਨੂੰ ਬੜੇ ਬੰਦੇ ਨੂੰ ਕਹਿ ਰਹੇ ਨੇ ਹੁਣ ਉਸ ਤੋਂ ਦੁੱਗਣਾ ਕਹਿਣ ਲੱਗ ਗਏ ਪਹਿਲਾਂ ਤੈਨੂੰ ਕਹਿ ਹੀ ਰਹੇ ਸੀ ਉੱਥੋਂ ਡਬਲ ਟ੍ਰਬਲ ਇਹਦੇ ਵਿਰੋਧਦਾਰੀ ਸ਼ੁਰੂ ਹੋ ਗਈ ਜਿਹਦੀ ਇੱਕ ਨਹੀਂ ਦੀ ਵਿਰੋਧਤਾ ਸਾਰੀ ਫੇਸਬੁੱਕ ਹੀ ਕੇਸ ਮੱਖਣ ਨਾਲ ਭਰੀ ਪਈ ਹੈ ਵੀ ਕੇਸ ਮੱਖਣ ਗਦਾਰ ਫਲਾਣਾ ਢਿਮਕਾ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਮੈਂਟ ਸਾਡੇ ਖਿਲਾਫ਼ ਵੀ ਥੋੜ੍ਹੇ ਮੋਟੇ ਵਿੱਚ ਕਈ ਚਲੋ ਕੁਛ ਲਿਖਦੇ ਨੇ ਲੋਕ ਉਹ ਦੋਸਤ ਉਹਨਾਂ ਦਾ ਉਹੀ ਜਿੰਨੀ ਕੁ ਸੋਚ ਹੁੰਦੀ ਹੈ ਉਨੀ ਗੱਲ ਲਿਖ ਕੇ ਫੇਸ ਉਹ ਬੰਦ ਕਰ ਦਿੰਦੇ ਨੇ ਠੀਕ ਹੈ ਜੀ ਉਹ ਸਾਰਾ ਮਸਲਾ ਤਾਂ ਜਾਣਦੇ ਨਹੀਂ ਹੈਗੇ ਪਰ ਇਹਦੇ ਉੱਤੇ ਉਹਨਾਂ ਕਮੈਂਟਾਂ ਦਾ ਅਸਰ ਹੋਇਆ ਕੱਲ੍ਹ ਇਹਨੇ ਇਸ ਚੀਜ਼ ਦਾ ਆਪਣੀ ਇੰਟਰਵਿਊ 'ਚ ਗੱਲ ਕਹੀ ਆ ਵੀ ਉਹ ਕਮੈਂਟਾਂ ਤੋਂ ਹੀ ਇਹ ਘਬਰਾਹਟ 'ਚ ਆਇਆ ਜੀ ਇਹ ਜਨਤਕ ਸੰਗਤ ਦੀ ਜਿਹੜੇ ਕਮੈਂਟ ਹੁੰਦਾ ਤੁਹਾਡਾ ਬਹੁਤ ਵੱਡਾ ਰੋਲ ਹੈ ਇਹੋ ਜਿਹੇ ਬੰਦੇ ਨੂੰ ਸਿੱਧਾ ਕਰਨ ਲਈ ਦੇਖੋ ਜੇ ਉਦਣ ਇਹ ਜੇ ਆਪਾਂ ਨਾ ਲਾਈਵ ਹੁੰਦੇ ਜੇ ਆਪਾਂ ਨਾ ਇਹ ਮੈਸੇਜ ਪਹੁੰਚਾਉਂਦੇ ਇਹਦਾ ਖਰੇ ਕੀ ਕਰਦਾ ਜਿਵੇਂ ਰੋੜੇ ਚੱਕੇ ਨੇ ਕੱਲ੍ਹ ਨੂੰ ਰਫੜਾ ਚੁੱਕ ਲੈਂਦਾ ਇਹਦੇ ਕੋਲ ਗੈਂਗਸਟਾਰ ਬੰਦਾ ਹੀ ਹੈ ਇਹ ਪਿੱਛੇ ਜੇ ਗੱਡੀਆਂ ਸੀਗੀਆਂ ਉਹ ਇੱਕ ਸਿੰਗਰ ਰੈਲੀ ਮਾੜਾ ਆੜੀ ਨੇ ਸਾਰੇ ਇਹਦਾ ਕੀ ਪਤਾ ਕਿੱਧਰ ਇਹਦਾ ਸਾਨੂੰ ਖਤਰਾ ਸਭ ਤੋਂ ਸਿੱਖ ਕੌਮ ਨੂੰ ਖਤਰਾ ਇਸ ਬੰਦੇ ਤੋਂ ਇਹਦਾ ਗੈਂਗਸਟਰ ਬੰਦਾ ਸ਼ੁਰੂ ਤੋਂ ਇੱਥੋਂ ਆਇਆ ਆਪਣੀ ਕਿੱਥੋਂ ਬਾਹਰੋਂ ਇਹਦਾ ਇਹ ਵੀ ਨਹੀਂ ਪਤਾ ਹੁਣ ਜਿਹੜਾ ਇਹਨੇ ਕਕਾਰ ਲਾਏ ਨੇ ਗੁੰਡਾਗਰਦੀ ਕਰਦੇ ਸ਼ਾਇਦ ਇਹ ਹੁਣ ਇਹਦਾ ਇਹ ਵੀ ਕੋਈ ਰਾਦਾ ਨਹੀਂ ਪਤਾ ਵੀ ਉਹ ਗੈਂਗਸਟਰ ਹੀ ਬਣੇ ਹੁਣ ਇਹਦਾ ਇਹ ਤੋਂ ਲੋਕਾਂ ਨੂੰ ਖਤਰਾ ਹੋਏਗਾ ਹੁਣ ਉਹ ਕਹਿੰਦਾ ਮੇਰਾ ਪਰਿਵਾਰ ਵੀ ਅੰਮ੍ਰਿਤਧਾਰੀ ਹੈ ਜੇ ਪਰਿਵਾਰ ਵੀ ਇਸ ਤਰ੍ਹਾਂ ਕੁਛ ਕਰਦੇ ਜਾਂ ਕੋਈ ਵੀ ਹੁਣ ਤਾਂ ਜਿਹੜੇ ਫੋਲੋਅਰਸ ਹੈਗੇ ਹੋ ਸਕਦਾ ਵੀ ਇਹਦੇ ਫੈਨਸ ਉਹ ਵੀ ਕੋਈ ਅੰਮ੍ਰਿਤਧਾਰੀ ਬਣਿਆ ਹੋਊਗਾ ਉਹ ਵੀ ਮਤਲਬ ਕਿ ਕੋਈ ਕਿਸੇ ਤਰ੍ਹਾਂ ਦਾ ਐਕਸ਼ਨ ਨਹੀਂ ਹੋਇਆ ਬੜਾ ਸੌਖਾ ਹੋ ਗਿਆ ਸਿੱਖੀ ਛੱਡਣੀ ਜਿਹੜੀ ਸਿੱਖੀ ਦੀ ਪਰੰਪਰਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਇਹ ਤਾਂ ਬੜੀ ਅਨੋਖੀ ਹੈ ਨਿਰਾਲੀ ਆ ਇਹ ਖੇਡ ਆ ਇਹ ਸਤਿਗੁਰਾਂ ਦੀ ਬੜੀ ਕੁਰਬਾਨੀ ਦੇ ਨਾਲ ਇਹ ਜਿਹੜਾ ਪ੍ਰਗਟ ਹੋਈ ਹੈ ਕੋਈ ਕਿਸੇ ਬੰਦੇ ਦੀ ਦੇਣ ਨਹੀਂ ਹੈ ਕੋਈ ਐਡੀ ਉਹ ਨਹੀਂ ਹੈ ਕੇ ਐੱਸ ਮੱਖਣ ਕੀ ਮੈਂ ਕੀ ਕੋਈ ਹੋਰ ਵੀ ਦੁਨੀਆਂ ਦੀ ਪਤਾ ਨਹੀਂ ਕਿੰਨੇ ਪਰਿਵਾਰ ਗੁਰੂ ਨਾਨਕ ਪਾਤਸ਼ਾਹ ਨੂੰ ਛੱਡ ਕੇ ਚਲੇ ਜਾਣ ਕਿੰਨੇ ਆ ਜਾਣ ਪਰ ਜਿਹੜੀ ਗੁਰੂ ਨਾਨਕ ਦੀ ਵਡਿਆਈ ਹੈ ਉਹਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਦੀ ਵਡਿਆਈ ਕਿਉਂਕਿ ਉਹ ਵੱਡਾ ਅਤੇ ਜਿਹੜੀ ਸਾਡੀ ਮੱਤ ਆ ਤੂੰ ਵੱਡਾ ਅਤੇ ਮੇਰੀ ਮੱਤ ਥੋਰੀ ਰਾਮ ਉਹ ਜਿਹੜਾ ਪਰਮਾਤਮਾ ਉਹ ਵੱਡਾ ਉਹਦੀ ਜਿਹੜੀ ਇਹ ਫੁਲਵਾੜੀ ਆ ਇਸੇ ਤਰ੍ਹਾਂ ਮਹਿਕਦੀ ਰਹੂਗੀ ਜਿਹੜੀ ਆਪ ਜੀ ਨੇ ਗੱਲ ਕੀਤੀ ਆ ਵੀ ਆਪਣਾ ਕੇ ਐੱਸ ਮੱਖਣ ਛੱਡ ਗਿਆ ਉਹਦੇ ਬੱਚੇ ਜਾਂ ਕੱਲ੍ਹ ਨੂੰ ਉਹਦੀ ਵਾਈਫ ਜਾਂ ਉਹਦੇ ਮਾਤਾ ਪਿਤਾ ਜਾਂ ਕੋਈ ਸੱਜਣ ਮਿੱਤਰ ਜਾਂ ਉਹਦਾ ਕੋਈ ਜਿੰਨੇ ਉੱਤੋਂ ਜਿਵੇਂ ਉਹ ਕਹਿ ਰਿਹਾ ਵੀ ਮੇਰੇ ਤੋਂ ਕਈ ਉਹ ਇੱਕ ਗੱਲ ਕਹਿ ਕੇ ਗਿਆ ਅਸਲ ਦੇ ਵਿੱਚ ਉਹਦਾ ਮਕਸਦ ਇਹੀ ਹੈ ਮੈਂ ਉਹਦੇ ਵਿਚਲੀ ਜਿਹੜੀ ਮੰਦ ਭਾਵਨਾ ਮੈਂ ਉਹਨੂੰ ਇਹ ਵੀ ਕਲੀਅਰ ਕਰਦਿਆਂ ਜਿਹੜੀ ਉਹਨੇ ਇਹ ਲਾਈਵ ਕਕਾਰ ਲਾਉਣੀ ਕਕਾਰ ਵੈਸੇ ਵੀ ਲਾਏ ਜਾ ਸਕਦੇ ਬਹੁਤ ਦੁਨੀਆ ਆਪ ਜੀ ਵੀ ਦੱਸ ਰਹੇ ਹੋ ਬੜੇ ਲੋਕ ਆ ਜਿਹੜੇ ਅੰਮ੍ਰਿਤ ਛਕਦੇ ਆ ਰਾਤ ਨੂੰ ਛਕਦੇ ਆ ਸਵੇਰੇ ਫਿਰ ਭੰਗ ਕਰ ਲੈਂਦੇ ਆ ਕਈ ਲੋਕਾਂ ਦੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਖਬਰਾਂ ਬਹੁਤ ਲੋਕ ਨੇ ਇਸ ਤਰ੍ਹਾਂ ਦੇ ਜੇ ਇਹ ਉਹਦੇ ਮਨ 'ਚ ਕੋਈ ਮੰਦ ਭਾਵਨਾ ਨਹੀਂ ਸੀ ਤਾਂ ਉਹ ਕਕਾਰ ਤਿਆਗ ਕੇ ਵੈਸੇ ਵੀਡੀਓ ਬਣਾ ਸਕਦਾ ਸੀ ਵੈਸੇ ਕਹਿ ਸਕਦਾ ਸੀ ਵੀ ਅੱਜ ਤੋਂ ਮੈਂ ਜਿਹੜਾ ਅੰਮ੍ਰਿਤ ਭਾਈ ਤਿਆਗ ਤਾਂ ਮੈਨੂੰ ਕੋਈ ਅੰਮ੍ਰਿਤਧਾਰੀ ਨਾ ਸਮਝੇ ਪਰ ਉਹਨੇ ਇੱਕ ਪੂਰੀ ਮਤਲਬ ਉਹ ਲੋਕੇਸ਼ਨ ਬਣਾ ਕੇ ਪੂਰਾ ਮਤਲਬ ਉਹ ਜਿਹੜਾ ਡਰਾਮਾ ਕ੍ਰੀਏਟ ਕੀਤਾ ਉਹਦਾ ਕਾਰਨ ਕੀ ਆ ਉਹ
ਜਿਸ ਤਾਕਤ ਦੇ ਪਿੱਛੇ ਮਤਲਬ ਖੇਡ ਰਹੇ ਨਾ ਜਿਸ ਅੱਗ ਨਾਲ, ਉਹਦਾ ਮਤਲਬ ਇਹੀ ਆ ਵੀ ਜਿਹੜੇ ਬੰਦਿਆਂ ਨੇ ਫੋਲੋਵਰਸ ਨੇ ਉਹ ਕਹਿ ਰਿਹਾ ਵਿੱਚ ਵੀ ਮੈਨੂੰ ਵੇਖ ਕੇ ਅਮਰ ਛਕਿਆ, ਉਹ ਕਿਤੇ ਇਸ ਤਰ੍ਹਾਂ ਨਾ ਕਰਨ, ਉਹਦਾ ਕਾਰਨ ਕੀ ਹੈ ਕਹਿਣ ਦਾ, ਉਹਦੇ ਵਿੱਚ ਵੀ ਇੱਕ ਸਾਜਿਸ਼ ਆ ਵੀ ਜਿਹੜਾ ਉਹਨਾਂ ਨੂੰ ਵੀ ਇਸ਼ਾਰਾ ਦੇ ਰਿਹਾ ਉਹਦਾ ਮਤਲਬ ਇਹੀ ਹੈ ਵੀ ਹੋਰ ਲੋਕ ਇਸ ਤਰ੍ਹਾਂ ਕਰਨ। ਪਰ ਮੈਂ ਇੱਕ ਗੱਲ ਕਹਿ ਦਿਆਂ, 22 ਸਾਲ ਗੁਰੂ ਘਰ ਦਾ ਰਸੋਈਆ ਰਹਿਣ ਵਾਲਾ, ਗੰਗੂ ਤੋਂ ਨਜ਼ਦੀਕ ਤਾਂ ਕੋਈ ਨਹੀਂ, ਕਲਗੀਧਰ ਪਾਤਸ਼ਾਹ ਆਪ ਸਰੀਰਕ ਜਾਮੇ ਦੇ ਵਿੱਚ ਗੰਗੂ ਉਹਨਾਂ ਦੇ ਕੋਲ ਰਿਹਾ। ਅਤੇ ਜੇ ਮੈਂ ਗੱਲ ਕਰਾਂ ਜਿਹੜਾ ਪੂਰਨ ਚੰਦ ਮਸੰਦ ਸੀਗਾ ਉਹਦੀ, ਤਾਂ ਉਹ ਗੁਰੂ ਘਰ ਦੇ ਨਾਂ 'ਤੇ ਰੁਪਈਆ ਇਕੱਠਾ ਕਰਦਾ ਰਿਹਾ। ਜਦੋਂ ਕਲਗੀਧਰ ਪਾਤਸ਼ਾਹ ਮਾਛੀਵਾੜ ਦੇ ਜੰਗਲ 'ਚੋਂ ਉਹਦੇ ਘਰ ਆਏ ਆ, ਅਤੇ ਜਿਉਣੇ ਨਾਂ ਦਾ ਨੌਕਰ ਜਿਹੜਾ ਉਹ ਅੱਗੇ ਬੈਠਾ, ਠੰਡ ਬਹੁਤ ਆ, ਪੋਹ ਦਾ ਮਹੀਨਾ ਠੰਡ ਬਹੁਤ ਆ, ਅਤੇ ਉਹਦੇ ਵਿੱਚ ਕੀ ਆ, ਉਹਦੇ ਘਰ ਆਏ ਆ ਅਤੇ ਗੁਰੂ ਸਾਹਿਬ ਨੇ ਦਰਵਾਜ਼ਾ ਖੜਕਾਇਆ, ਗੁਰੂ ਸਾਹਿਬ ਦਾ ਜਾਮਾ ਜਿਹੜਾ ਲੀਰੋ ਲੀ ਰਿਹਾ, ਚਾਰੇ ਪੈਰਾਂ ਦੇ ਵਿੱਚ ਕੰਡੇ ਵੱਜੇ ਆ, ਸਾਰਾ ਜਾਮਾ ਲੀਰੋ ਲੀ ਰਿਹਾ, ਨਾ ਬਾਜ ਆ, ਨਾ ਤਾਜ ਆ, ਨਾ ਜੋੜਾ, ਨਾ ਘੋੜਾ, ਕੁਛ ਨਹੀਂ, ਸਤਿਗੁਰ ਆਏ ਆ ਪੂਰਨ ਚੰਦ ਮਸੰਦ ਦੇ ਘਰ, ਦਰਵਾਜ਼ਾ ਖੜਕਾਇਆ ਅਤੇ ਜਿਉਣੇ ਨੌਕਰ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਹਨੇ ਕਿਹਾ ਵੀ ਆਪ ਜੀ, ਉਹਨੇ ਕਿਹਾ ਵੀ ਅਸੀਂ ਅਨੰਦਪੁਰ ਸਾਹਿਬ ਦੇ ਗੁਰੂ ਹਾਂ, ਅਤੇ ਉਹਨਾਂ ਕਿਹਾ ਵੀ ਆਪਣਾ ਪੂਰਨ ਚੰਦ ਨੂੰ ਬੁਲਾਓ ਜਿਹੜਾ ਗੁਰੂ ਘਰ ਦਾ ਮਸੰਦ ਸੀ। ਜਦੋਂ ਉਹਨੂੰ ਬੁਲਾਉਣਾ ਚਾਹਿਆ ਅਤੇ ਉਹਨੇ ਜਿਉਣੇ ਨੌਕਰ ਨੂੰ ਪੁੱਛਿਆ ਵੀ ਕੌਣ ਆਇਆ, ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਆਇਆ, ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਨਾਲ ਕੌਣ ਆ, ਉਹਦੇ ਨਾਲ ਫੌਜਾਂ ਨੇ, ਸਿੰਘ ਨੇ, ਕਾਫਲਾ, ਉਹਨੇ ਕਿਹਾ ਨਹੀਂ ਇਕੱਲਾ ਆਇਆ, ਨਾ ਜੋੜਾ, ਨਾ ਘੋੜਾ, ਨਾ ਬਾਜ, ਨਾ ਤੋੜਾ, ਚਰਨ ਵੀ ਜ਼ਖਮੀ ਹੈ ਅਤੇ ਨਿਰਾਨੀ ਚਿਹਰਾ, ਬਸ ਮੈਂ ਤਾਂ ਉਹਨਾਂ ਨੂੰ ਪੁੱਛ ਕੇ ਤੁਹਾਡੇ ਕੋਲ ਆ ਗਿਆ ਵੀ ਗੁਰੂ ਸਾਹਿਬ ਦਾ ਬਹੁਤ ਬੁਰਾ ਹਾਲ ਹੈ, ਤੁਸੀਂ ਆਓ। ਅਤੇ ਕਹਿੰਦਾ ਤੂੰ ਉਹਨਾਂ ਨੂੰ ਕੀ ਕਿਹਾ ਵੀ, ਗੁਰੂ ਸਾਹਿਬ ਨੂੰ ਕੀ ਕਿਹਾ ਵੀ ਉਹ ਘਰ ਹੀ ਆ, ਅਤੇ ਉਹ ਕਹਿਣ ਲੱਗਾ ਜਿਉਣਾ, ਕਹਿੰਦਾ ਹਾਂ ਮੈਂ ਕਹਿ ਤਾ, ਪਿੱਛੇ ਗੁਰੂ ਸਾਹਿਬ ਸੁਣ ਰਹੇ ਆ ਡਿਊੜੀ 'ਚ ਖੜ੍ਹੇ। ਅਤੇ ਉਹ ਕਹਿੰਦਾ ਤੂੰ ਇੰਨੀ ਗੱਲ ਕਹਿਣੀ ਓ ਕਿਉਂ ਸੀ, ਤੂੰ ਕਹਿਣੀ ਓ ਕਿਉਂ ਸੀ ਵੀ ਉਹ ਘਰ ਆ, ਤੂੰ ਕਹਿ ਦੇਣਾ ਸੀ ਉਹ ਤਾਂ ਘਰ ਹੀ ਨਹੀਂ ਹੈਗਾ। ਚੱਲ ਕੋਈ ਨਹੀਂ, ਫਿਰ ਵੀ ਜੋ ਆ ਗਿਆ ਤਾਂ ਉਹਨੂੰ ਕਹਿ ਵੀ ਜਦੋਂ ਤੂੰ ਅਨੰਦਪੁਰ ਸਾਹਿਬ 'ਚ ਸੀ ਨਾ, ਜਦੋਂ ਤੇਰੇ ਕੋਲ ਬਾਜ ਤਾਜ ਸੀਗਾ, ਸਾਰਾ ਕੁਝ ਸ਼ੌਹਰਤ ਸੀ, ਉਦੋਂ ਤੂੰ ਗੁਰੂ ਸੀ, ਹੁਣ ਭਾਈ ਜਿੱਧਰ ਮਰਜ਼ੀ ਚੱਲ ਜਾ, ਤੇਰੇ ਪਿੱਛੇ ਮੁਗਲ ਰਾਜ ਦੀਆਂ ਫੌਜਾਂ ਲੱਗੀਆਂ, ਅਸੀਂ ਤੇਰਾ ਸਾਥ ਨਹੀਂ ਦੇ ਸਕਦੇ। ਉਹਨਾਂ ਲੋਕਾਂ ਨੇ ਮੌਜੂਦਾ ਗੁਰੂ ਘਰ ਦੇ ਵਿੱਚ ਇੰਨੇ ਇੰਨੇ ਸਾਲ ਗੁਜ਼ਾਰ ਕੇ ਸਿੱਖੀ ਛੱਡਤੀ ਕਿ ਅੱਜ ਫਿਰ ਸਿੱਖੀ ਮਹਿਕ ਨਹੀਂ ਰਹੀ। ਗੁਰੂ ਕਲਗੀਧਰ ਨਾਲ ਦਗੇ ਹੋਏ ਸਿੱਖਾਂ ਨੇ ਕੀਤੇ, ਤਨਖਾਹਾਂ ਮੰਗੀਆਂ ਬਰਾੜ ਜੱਟਾਂ ਨੇ ਮਾਲਵੇ ਦੀ ਧਰਤੀ 'ਤੇ, ਪਰ ਕੁਝ ਉਹਨਾਂ ਵਿੱਚੋਂ ਹੀ ਭਾਈ ਦਾਨ ਸਿੰਘ ਵਰਗੇ ਸੀ ਜਿਨ੍ਹਾਂ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਮੈਂ ਤਨਖਾਹ ਨਹੀਂ ਲੈਣੀ, ਮੇਰੇ ਭਰਾਵਾਂ ਨੇ ਜਾਂ ਸ਼ਰੀਕੇ ਨੇ ਲੈ ਲਈ, ਕੋਈ ਗੱਲ ਨਹੀਂ, ਅਤੇ ਸਤਿਗੁਰਾਂ ਵਰ ਦਿੱਤਾ ਭਾਈ ਤੂੰ ਮਾਲਵੇ ਦੀ ਸਿੱਖੀ ਰੱਖ ਲਈ। ਇਸ ਤਰ੍ਹਾਂ ਬਹੁਤ ਘਟਨਾ ਨੇ, ਪਤਾ ਨਹੀਂ ਕਿੰਨੇ ਲੋਕ ਗੁਰੂ ਸਾਹਿਬ ਦੇ ਨਾਲ ਰਹਿ ਕੇ ਛੱਡਦੇ ਗਏ, ਅੱਜ ਤਾਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਨੇ, ਅਤੇ ਸ਼ਬਦ ਪੜ੍ਹ ਕੇ ਸਾਨੂੰ ਸੋਝੀ ਆਉਣੀ ਆ, ਅਤੇ ਜੇ ਮੇਰੇ ਵਰਗੇ ਕਮਲੇ KS ਮੱਖਣ ਵਰਗੇ ਜਾਂ ਕੋਈ ਹੋਰ ਭਾਈ ਛੱਡ ਕੇ ਚਲੇ ਜਾਣਗੇ, ਇਹ ਗੁਰੂ ਨਾਨਕ ਦਾ ਬਾਗ ਤਾਂ ਵੀ ਮਹਿਕਦਾ ਰਹਿਣਾ। ਪਰ ਜਿਹਨੇ ਸਿੱਖੀ ਅਪਣਾਉਣੀ ਆ, ਇਹ ਗੱਲ ਜ਼ਰੂਰ ਆ, ਮੈਂ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰੂੰਗਾ, ਵੈਸੇ ਤਾਂ ਇੱਕ ਸੋਚ ਉੱਥੇ ਜਿਹੜੀ ਪੰਥ ਵਿਰੋਧੀ ਆ ਉਹ ਕਾਬਜ਼ ਆ, ਉਹਦੇ ਫੈਸਲੇ ਹੁੰਦੇ ਆ, ਪਰ ਫਿਰ ਵੀ ਜੇ ਸਿੱਖੀ ਬਚਾਉਣੀ ਆ, ਜਿਹੜੇ ਬੁੱਧੀਜੀਵੀ ਆ, ਵਿਦਵਾਨ ਆ, ਪੰਥ ਦੇ ਪ੍ਰਚਾਰਕ ਆ, ਸਿਰਮੌਰ ਹਸਤੀਆਂ, ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਵੀ ਕਿਸੇ ਪਲੇਟਫਾਰਮ 'ਤੇ ਇਕੱਠੇ ਹੋ ਕੇ ਰਹਿਤ ਮਰਿਆਦਾ ਦੇ ਵਿੱਚ ਇੰਨੀ ਕੁ ਸਖਤੀ ਜ਼ਰੂਰ ਕਰ ਦਿਓ ਵੀ ਜਿਹੜਾ ਬੰਦਾ ਵੀ ਕੋਈ ਅੰਮ੍ਰਿਤ ਛਕਦਾ ਉਹਦਾ ਕਿਰਦਾਰੇ ਸਿੱਖ ਜਿਹੜਾ 6 ਮਹੀਨੇ ਜਾਂ ਸਾਲ ਦਾ ਉਹਦਾ ਜ਼ਰੂਰ ਪਹਿਲਾਂ ਪਰਖ ਹੋਣੀ ਚਾਹੀਦੀ ਹੈ, ਉਹਦਾ ਅੰਮ੍ਰਿਤ ਛਕਣ ਦਾ ਵੀ ਕੋਈ ਢੰਗ ਨਿਰਾਲਾ ਬਣਾਓ ਤਾਂ ਜੋ ਉਹਦੀ ਪੂਰੀ ਆਈਡੈਂਟੀਫਾਈ ਹੋਵੇ ਬੰਦਾ ਵੀ ਇਹ ਬੰਦਾ ਸੈਟਿਸਫਾਈ ਹੈ। ਇਹ ਨਹੀਂ ਕਿ ਉਹ ਅੱਜ ਅੰਮ੍ਰਿਤ ਛਕਦਾ ਅਤੇ ਕੱਲ੍ਹ ਆਪਣੇ ਕਕਾਰ ਉਤਾਰਦਾ, ਇਸ ਤਰ੍ਹਾਂ ਖਿੱਲੀ ਜਿਹੜੀ ਹੈ ਸਕੰਜਵੀ ਸਮਝ ਕੇ
ਨਿੰਬੂ ਪਾਣੀ ਸਮਝ ਕੇ ਕੋਈ ਅੰਮ੍ਰਿਤ ਨਾ ਛਕੇ ਅਤੇ ਇਹਦੇ 'ਤੇ ਸਾਨੂੰ ਸਖਤਾਈ ਕਰਨੀ ਪਊ। ਅਤੇ ਗੁਰੂ ਸਾਹਿਬ ਨੇ ਤਾਂ ਬਹੁਤ ਸਖਤਾਈ ਕੀਤੀ ਹੈ, ਪਰ ਅੱਜ ਸਿੱਖ ਅਵੇਸਲਾ ਹੋ ਗਿਆ। ਤਾਂ ਹੀ ਕਦੇ ਪੰਜਾਬੀ ਮਾਂ ਬੋਲੀ 'ਤੇ, ਕਦੇ ਬਾਣੀ 'ਤੇ, ਕਦੇ ਬਾਣੇ 'ਤੇ, ਕਦੇ ਦਸਮ ਗ੍ਰੰਥ 'ਤੇ, ਕਦੇ ਸੁਖਮਨੀ ਸਾਹਿਬ ਦੀਆਂ ਪੰਕਤੀਆਂ 'ਤੇ, ਕਦੇ ਆਪਣਾ ਗੁਰਬਲਾ ਪਾਤਸ਼ਾਹੀ ਛੇਵੀਂ 'ਤੇ, ਸਰਬਲੋਹ 'ਤੇ, ਆ ਸੰਤੋਖ ਸਿੰਘ ਚੂੜਾਮਣੀ ਦੇ ਗ੍ਰੰਥ 'ਤੇ ਬਹੁਤ ਜ਼ਿਆਦਾ ਟਿੱਪਣੀਆਂ ਕੀਤੀਆਂ ਜਾਂਦੀਆਂ। ਅਤੇ ਇਹਨਾਂ ਸਾਰੀਆਂ ਦਾ ਜਿਹੜਾ ਹੱਲ ਆ ਉਹ ਇਹੀ ਆ ਵੀ ਸਤਿਗੁਰਾਂ ਨੇ ਸਾਨੂੰ ਰਹਿਤ ਦੇ ਵਿੱਚ ਰਹਿ ਕੇ ਜਿਉਣਾ ਦੱਸਿਆ। ਅਤੇ ਸਤਿਗੁਰਾਂ ਨੇ ਇੱਕ ਗੱਲ ਕਹੀ ਸੀ, ਇਹ ਗੱਲ ਕਹੀ ਸੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਜਦ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋਂ ਇਨ ਕੀ ਪ੍ਰਤੀਤ। ਜੇ ਕੋਈ ਬਾਣੀ ਬਾਣਾ ਪਾ ਕੇ ਫਿਰ ਵੀ ਭਰਮ ਦੇ ਵਿੱਚ ਫਸਿਆ ਹੋਇਆ, ਜਿਵੇਂ ਅਜੇ ਤੱਕ ਇਸ ਇਨਸਾਨ ਨੂੰ ਆਪਣਾ ਨਿਸ਼ਾਨਾ ਹੀ ਨਹੀਂ ਸੀ ਪਤਾ ਕਿ ਮੈਂ ਫਿਲਮੀ ਐਕਟਰ ਦੁਆਰਾ ਬਣਾ ਜਾਂ ਕੋਈ ਗਾਇਕ ਬਣਾ, ਮੈਂ ਕਰਾਂ ਤਾਂ ਕਰਾਂ ਕੀ, ਅਜੇ ਤੱਕ ਸੋਹਣਾ ਦਮਾਲਾ ਵੀ ਨਹੀਂ ਸਜਾਉਣਾ ਸਿੱਖਿਆ ਵੀ ਉਸੇ ਤਰ੍ਹਾਂ ਜਿਵੇਂ ਦਾ ਵੱਜਦਾ। ਉਹਦਾ ਕਾਰਨ ਕੀ, ਦਸਤਾਰ ਸਜਾਏ, ਮੈਂ ਨਹੀਂ ਉਹਨਾਂ ਨੂੰ ਪ੍ਰਬਲ ਵੇਖਿਆ, ਉਹਨਾਂ ਦਾ ਅੰਦਰ ਜਿਹੜਾ ਨਾ ਉਹ ਦਮ ਨਹੀਂ ਭਰਦਾ। ਅਤੇ ਜਦੋਂ ਤੁਹਾਡੇ ਅੰਦਰ ਇਹ ਦੁਬਧਾ ਪੈਦਾ ਹੋ ਜਾਂਦੀ ਹੈ, ਅਤੇ ਦੁਬਧਾ ਦੇ ਵਿੱਚ, ਦੁਚਿੱਤੀ ਦੇ ਵਿੱਚ ਮਹਾਰਾਜ ਨੇ ਕਿਹਾ ਚਿੰਤਾ ਤੋਂ ਵੱਡਾ ਰੋਗ ਹੀ ਕੋਈ ਨਹੀਂ। ਇਹ ਚਿੰਤਾ ਵੱਡਾ ਰੋਗ ਹੈ ਜਿਹੜੀ, ਇਹ ਸਭ ਤੋਂ ਵੱਡੀ, ਨਾਨਕ ਚਿੰਤਾ ਮਤ ਕਰੋ, ਜਾਂ ਫਿਰ ਕਹਿ ਲਓ ਹੋਮੇ ਵੱਡਾ ਰੋਗ ਹੈ। ਅਤੇ ਉਹ ਹੋਮੇ ਦੇ ਵਿੱਚ ਫਸਿਆ ਹੋਇਆ ਬੰਦਾ ਇੱਕ ਵਾਰ ਵੀ ਪੂਰਨ ਤਰੀਕੇ ਉਹਨੇ ਮਾਫ਼ੀ ਨਹੀਂ ਮੰਗੀ, ਨਾ ਹੰਕਾਰੀ ਹੋਏ ਗੁਰਦਾਸ ਮਾਨ ਨੇ, ਨਾ ਉਹਦੇ ਪਿੱਛੇ ਲੱਗੇ ਕੇ ਐਸ ਮੱਖਣ ਨੇ। ਕੇ ਐਸ ਮੱਖਣ ਦੀਨ ਗਵਾਇਆ ਦੁਨੀ ਸ਼ੋ, ਕਬੀਰ ਦੀਨ ਗਵਾਇਆ ਦੁਨੀ ਸ਼ੋ, ਦੁਨੀ ਨਾ ਚਾਲੀ ਸਾਥ। ਆ ਕੋਈ ਜਿਹੜੇ ਫੋਲੋਵਰਸ ਆ ਉਰਾਂ ਪਰਾਂ ਜਿਨ੍ਹਾਂ ਨੂੰ ਦੇਖ ਕੇ ਛੱਡ ਰਹੇ ਹੋ ਨਾ, ਐਲੀ ਮਾਂਗਟ ਹੋਰ ਨਾਂ ਲਈ ਜਾਂਦੇ, ਸਨੈਪਚੈਟ ਦੇ ਬਾਦਸ਼ਾਹ ਕਹੀ ਜਾਂਦੇ ਲੋਕਾਂ ਨੂੰ। ਕਬੀਰ ਦੀਨ ਗਵਾਇਆ ਦੁਨੀ ਸੋ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਮਹਾਰਾਜ ਸਮਤ ਬਖਸ਼ੇ ਸਾਰੇ ਸਿੱਖਾਂ ਨੂੰ, ਪੰਜਾਬੀਓ ਇਕੱਠੇ ਹੋ ਜਾਓ, ਸਿੱਖੀ ਨੂੰ ਬਚਾ ਲਓ, ਪੰਜਾਬੀਅਤ ਨੂੰ ਬਚਾ ਲਓ। ਇਹ ਲੋਕ ਜਿਹੜੇ ਆ ਪੰਜਾਬ ਨੂੰ ਖੂਨੀ ਜੰਗ, ਖੂਨੀ ਮੈਦਾਨ, ਜਿਵੇਂ ਭਾਈ ਸਾਹਿਬ ਨੇ ਦੱਸਿਆ ਇਹ ਗੈਂਗਸਟਰ ਲੋਕ ਆ, ਇਹਨਾਂ ਤੋਂ ਖਤਰਾ ਸਾਡੇ ਵਰਗਿਆਂ ਨੂੰ ਹੈ। ਇਹਨਾਂ ਨੇ ਕੀ ਪਤਾ ਕਿਸ ਮੰਦ ਭਾਵਨਾ ਨਾਲ ਕਕਾਰ ਤਾਰ ਕੇ ਆਪਣਾ ਅਗਲਾ ਸਰੂਪ ਕੀ ਦਿਖਾਉਣਾ। ਇਸ ਕਰਕੇ ਸਾਨੂੰ ਸੁਚੇਤ ਹੋਣਾ ਚਾਹੀਦਾ ਅਤੇ ਪੰਜਾਬੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ, ਖਾਸ ਕਰਕੇ ਆਪਣੀ ਗੁਰਬਾਣੀ ਮਾਂ ਬੋਲੀ ਦੇ ਮਸਲੇ 'ਤੇ। ਇਹੀ ਬੇਨਤੀਆਂ ਕਰਦਾ ਮੈਂ ਆਪ ਜੀ ਤੋਂ, ਖਿਮਾ ਲੈਂਦਾ ਵੀ ਇਹ ਜ਼ਰੂਰੀ ਆ। ਹਾਂਜੀ ਜੀ, ਹਾਂਜੀ, ਇਹ ਗੁਰਦਾਸ ਮਾਨ ਨੂੰ ਜਿੱਥੇ ਸਰੂਪਾ ਮਿਲਿਆ ਸੀਗਾ ਗੁਰੂ ਘਰ 'ਚ, ਉੱਥੇ ਵੀ ਇਹਦੀ ਬਹੁਤ ਵਿਰੋਧਤਾ ਹੋ ਰਹੀ ਆ, ਅਤੇ ਇਹਨੂੰ ਉੱਥੋਂ ਵੀ ਜਿਹੜਾ ਗ੍ਰੰਥੀ ਸਿੰਘ ਨੇ ਸਰੂਪਾ ਦਿੱਤਾ ਉਹਦੇ ਬਾਰੇ ਵੀ ਹੋ ਰਿਹਾ। ਅਸੀਂ ਅੱਗੋਂ ਵੀ ਬੇਨਤੀ ਕਰਦੇ ਹਾਂ ਆਪਣੇ ਗੁਰੂ ਘਰਾਂ 'ਚ ਇਹਨਾਂ ਦੋਖੀ ਬੰਦਿਆਂ ਨੂੰ, ਚਾਹੇ ਕੇ ਐਸ ਮੱਖਣ ਹੈ, ਚਾਹੇ ਗੁਰਦਾਸ ਮਾਨ ਹੈ, ਇਹਨਾਂ ਦਾ ਇਹਨਾਂ ਨੂੰ ਤਲਬ ਕੀਤਾ ਜਾਵੇ, ਇਹਨਾਂ ਨੂੰ ਉੱਥੋਂ ਅਕਾਲ ਤਖ਼ਤ ਸਾਹਿਬ ਤੋਂ ਛੇਕਿਆ ਜਾਵੇ ਇਹਨਾਂ ਨੂੰ ਦੋਵਾਂ ਨੂੰ। ਇਹ ਬੰਦੇ, ਇਹਨੂੰ ਤਾਂ ਪੱਕਾ ਕੇ ਐਸ ਮੱਖਣ ਨੇ ਤਾਂ ਐਡੀ ਹਰਕਤ ਕੀਤੀ ਹੈ, ਅਤੇ ਗੁਰਦਾਸ ਮਾਨ ਇਹਨਾਂ ਜਿਹੜਾ ਕੀਤਾ, ਇਹਨਾਂ ਦੋਵਾਂ ਨੂੰ ਇਹ ਚੀਜ਼ ਦਾ ਸਾਡੀ ਸਾਰਿਆਂ ਵੱਲੋਂ, ਜਥੇਬੰਦੀਆਂ ਵੱਲੋਂ ਇਹ ਉਹ ਹੈ ਰਾਏ ਆ ਵੀ ਇਹਨਾਂ ਨੂੰ ਪੰਥ 'ਚੋਂ ਛੇਕਿਆ ਜਾ ਕੇ ਨਹੀਂ ਜੀ, ਸਖ਼ਤ ਐਕਸ਼ਨ ਹੋਣਾ ਚਾਹੀਦਾ ਜੀ, ਜਿਹਦੇ ਨਾਲ ਇਹਨਾਂ ਲੋਕਾਂ ਦੀ ਜਿਹੜੀ ਸੋਚ ਆ ਉਹ ਬਦਲ ਸਕੇ, ਨਹੀਂ ਤਾਂ ਜਿਸ ਤਰੀਕੇ ਨਾਲ ਮੰਗਣ, ਨਹੀਂ ਤਾਂ ਚਾਹੇ ਮਾਫ਼ੀ ਮੰਗਣ, ਨਹੀਂ ਤਾਂ ਇਹਨਾਂ ਨੂੰ ਛੇਕਿਆ ਜਾਵੇ, ਇਸ ਤਰ੍ਹਾਂ ਇਹਨਾਂ ਨੂੰ ਬਖਸ਼ਿਆ ਨਾ ਜਾਵੇ, ਐਂ ਤਾਂ ਕੱਲ੍ਹ ਨੂੰ ਕੋਈ ਹੋਰ ਵੀ ਖੜਾ ਹੋ ਜਾਵੇਗਾ, ਇਹਨਾਂ 'ਤੇ ਕੋਈ ਐਕਸ਼ਨ ਲਿਆ ਜਾਵੇ, ਇਹ ਜ਼ਰੂਰੀ ਆ। ਇੰਨੀਆਂ ਗੱਲਾਂ ਕਹਿੰਦਾ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਫਤਿਹ ਤਾਂ ਜਿਹੜੀ ਬੁਲਾ ਦਿੱਤੀ ਹੈ, ਪਰ ਕੁਲਦੀਪ ਸਿੰਘ ਜੀ ਲਾਸਟ ਸਵਾਲ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦਾ, ਜਿਵੇਂ ਦਲਜੀਤ ਸਿੰਘ ਜੀ ਪੰਜਰਥ ਨੂੰ ਵੀ ਕੀਤਾ ਸੀਗਾ, ਤੁਸੀਂ ਗੱਲ ਕੀਤੀ ਸੀ ਹਰੀ ਸਿੰਘ ਜੀ ਦੀ, ਨਲੂਆ ਜੀ ਦੀ ਗੱਲ ਦੱਸੀ ਸੀ ਵੀ ਅੰਮ੍ਰਿਤ ਤਾਂ ਕਹਿੰਦੇ ਢਿੱਡ 'ਚ ਉਹ ਵੀ ਕੱਢਾਂਗੇ ਅਸੀਂ, ਉਹ ਇੱਕ ਸੁਣਾਈ, ਮਤਲਬ ਕਿ ਕਿਤੇ ਹੁਣ ਐਵੇਂ ਤਾਂ ਨਹੀਂ ਹੈ ਵੀ ਕੁਲਦੀਪ ਸਿੰਘ ਜੀ ਵੀ ਉਹ ਵੈਰ, ਜਿਵੇਂ ਉਹ ਕਹਿ ਰਹੇ ਮੇਰੀ ਜਾਨ ਨੂੰ ਖਤਰਾ, ਵੀ ਤੁਸੀਂ
ਅਜੇ ਤੁਸੀਂ ਵੀ ਉਸ ਦਿਨ ਕਿਹਾ ਸੀਗਾ ਵੀ ਅਸੀਂ ਤਾਂ ਅੰਦਰੋਂ ਕੱਢਾਂਗੇ। ਫਿਰ ਇਹ ਜ਼ਰੂਰ ਹੋਣਾ ਚਾਹੀਦਾ, ਮੈਂ ਇਹ ਗੱਲ ਕਹੂੰਗਾ, ਇਸ ਗੱਲ ਨੂੰ ਬਿਲਕੁਲ ਮੈਂ ਦੁਬਾਰਾ ਫੇਰ ਦੁਹਰਾਉਂਦਾ ਕਿ ਇਹ ਅਕਾਲੀ ਫੂਲਾ ਸਿੰਘ ਜੀ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ ਜਿਹੜੇ ਕਿ ਨਿਧੜਕ ਸੀਗੇ ਸਾਡੀ ਕੌਮ ਦੇ ਸ਼ਹੀਦ ਆ ਜਰਨੈਲ ਆ, ਅਤੇ ਉਸੇ ਸਮੇਂ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਹਰੀ ਰਾਜ ਕਰ ਰਹੇ ਸੀ। ਇਹ ਉਸ ਸਮੇਂ ਦੀ ਉਹ ਘਟਨਾ ਜਦੋਂ ਇੱਕ ਹੰਕਾਰੇ ਹੋਏ ਕਿਸੇ ਇਨਸਾਨ ਨੇ ਆਪਣੇ ਵਾਲ ਜਿਹੜੇ ਆ ਅਤੇ ਕੰਘਾ ਕਿਰਪਾਨ ਜਿਹੜੀ ਆ ਉਹ ਸਿੰਘਾਂ ਨੂੰ ਦੇ ਕੇ ਕਿਹਾ ਸੀ ਆਹ ਲਓ ਇਹਦੇ ਵਿੱਚੋਂ ਆਪਣਾ ਅੰਮ੍ਰਿਤ ਕੱਢ ਲਿਓ, ਉਹਨਾਂ ਨੇ ਟਿੱਚਰ ਕੀਤੀ ਅਤੇ ਸਿੰਘਾਂ ਨੇ ਉਹਦੀ ਜਿਹੜੀ ਸਖਤੀ ਸੀ ਉਹਨੂੰ ਲਿਆ ਕੇ ਚਾਨਣਾ ਕਰਾਇਆ ਵੀ ਅੰਮ੍ਰਿਤ ਦੇ ਜਿਹੜੇ ਛਿੱਟੇ ਤੇਰੀਆਂ ਅੱਖਾਂ 'ਚ ਤੇਰੇ ਸਿਰ 'ਚ ਤੇਰੇ ਅੰਦਰ ਗਏ ਆ ਵੀ ਲਿਆ ਫਿਰ ਉਹ ਵੀ ਆਪਾਂ ਕੱਢ ਲੈਂਦੇ ਹਾਂ। ਅਤੇ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਵੀ ਜਿਹੜੀਆਂ ਸਰਮੋਰ ਹਸਤੀਆਂ ਨੇ ਜਦੋਂ ਤੱਕ ਅਸੀਂ ਇਕੱਠੇ ਹੋ ਕੇ ਇਸ ਗੱਲ ਦੀ ਤਾੜਨਾ ਨਹੀਂ ਕਰਦੇ ਅਤੇ ਇਹੋ ਜਿਹੇ ਲੋਕਾਂ ਨੂੰ ਜੋ ਟਿੱਚਰ ਕਰ ਰਹੇ ਆ ਪੰਥ ਨੂੰ ਅਸੀਂ ਇਹਨਾਂ ਨੂੰ ਸਖਤੀ ਨਾਲ ਇਹ ਉਹੀ ਇਤਿਹਾਸ ਨਹੀਂ ਦੁਹਰਾਉਂਦੇ ਅਕਾਲੀ ਫੂਲਾ ਸਿੰਘ ਵਾਲਾ, ਅਤੇ ਸਾਨੂੰ ਜਿਉਣ ਦਾ ਕੋਈ ਹੱਕ ਨਹੀਂ, ਸਾਨੂੰ ਜਿਉਣ ਦਾ ਕੋਈ ਹੱਕ ਨਹੀਂ। ਵੈਸੇ ਸਾਡੀ ਜਿਹੜੀ ਅੰਦਰੀ ਭਾਵਨਾ ਉਹ ਸਾਰਿਆਂ ਵਾਸਤੇ ਸਿੱਖਾਂ ਦੀ ਹਮੇਸ਼ਾ ਹੀ ਇੱਕ ਹੈ। ਦੇਖੋ ਔਰੰਗਜ਼ੇਬ ਦੇ ਸਮੇਂ ਹਿੰਦੂਆਂ 'ਤੇ ਜ਼ੁਲਮ ਹੁੰਦਾ ਸੀ, ਕਰਦਾ ਮੁਗਲ ਸੀ ਅਤੇ ਖਿਲਾਫ ਸਿੱਖ ਉਹਦੇ ਸੀ। ਜੇ ਅੱਜ ਹਿੰਦੂ 'ਤੇ ਜਾਂ ਕਿਸੇ ਹੋਰ 'ਤੇ ਜ਼ੁਲਮ ਮੁਸਲਮਾਨ 'ਤੇ ਜ਼ੁਲਮ ਹੋ ਰਿਹਾ ਅਤੇ ਤਾਂ ਵੀ ਸਿੱਖ ਉਹਦੇ ਆਲਿਆ, ਚਾਹੇ ਕੋਈ ਹਿੰਦੂ ਕਰਦਾ ਚਾਹੇ ਕੋਈ ਹੋਰ ਜਥੇਬੰਦੀ ਕਰਦੀ, ਇਸੇ ਤਰ੍ਹਾਂ ਸਿੱਖਾਂ ਦੀ ਜਿਹੜੀ ਭਾਵਨਾ ਉਹ ਅੰਦਰੀ ਇਹ ਹੈ, ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਘ ਹਮਕੋ ਬਣਿਆ ਜੀ। ਸਾਡੇ ਵਾਸਤੇ ਸਾਰੇ ਇੱਕ ਆ, ਪਰ ਜਦੋਂ ਕੋਈ ਵੈਰੀ ਬਣ ਕੇ ਭਾਵੇਂ ਉਹ ਮੇਰਾ ਸੱਕਾ ਭਰਾ ਹੋਵੇ ਭਾਵੇਂ ਮੇਰਾ ਕੋਈ ਆਪਣਾ ਘਰ ਦਾ ਜੀ ਹੋਵੇ, ਉਹ ਜਦੋਂ ਇਸ ਤਰ੍ਹਾਂ ਕਰਦਾ ਤਾਂ ਆਪਾਂ ਉਹਦੇ ਬਿਲਕੁਲ ਇੱਕ ਰਸ ਇੱਕ ਸਟੈਂਡ ਦੇ ਉੱਤੇ ਉਹਦੇ ਸਪਸ਼ਟ ਖਿਲਾਫ਼ ਹਾਂ ਅਤੇ ਉਦੋਂ ਤੱਕ ਖਿਲਾਫ਼ ਰਹਾਂਗੇ, ਚਾਹੇ ਉਹ ਗੁਰਦਾਸ ਮਾਨ ਆ, ਚਾਹੇ ਉਹ ਇਹ KS ਮੱਖਣ ਆ, ਚਾਹੇ ਕੋਈ ਹੋਰ ਆ, ਕੋਈ ਵੀ ਜਿਹੜਾ ਪੰਥ ਵਿਰੋਧੀ ਸਿੱਖ ਵਿਰੋਧੀ ਪੰਜਾਬੀ ਵਿਰੋਧੀ ਪੰਜਾਬ ਨੂੰ ਜਾੜਨ ਵਾਲੀ ਗੱਲ ਕਰੂਗਾ ਉਹਦੇ ਪ੍ਰਤੀ ਸਾਡਾ ਸਟੈਂਡ ਜਿਉਣ ਮਰਨ ਤੱਕ ਸਪਸ਼ਟ ਆ ਜੀ। ਸਾਨੂੰ ਉਹਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਮੁਹੱਬਤ ਨਹੀਂ ਹੈ। ਇਹ ਉਸ ਦਿਨ ਵੀ ਤੁਹਾਨੂੰ ਕਿਹਾ ਸੀ ਅਤੇ ਸਮਾਂ ਆਊਗਾ ਸਿੱਖ ਬਲਵਾਨ ਜਿਹੜੇ ਕੌਮੀ ਹੋਊਗੀ ਅਤੇ ਜੁਝਾਰੂ ਚੜ੍ਹਨਗੇ ਜਦੋਂ ਇਹ ਗੱਲ ਹੋਊਗੀ, ਅਤੇ ਇਹ ਵੀ ਗੱਲ ਕਲੀਅਰ ਆ ਵੀ ਕੋਈ ਪਤਾ ਨਹੀਂ ਕਦੋਂ ਕਿੱਥੇ ਅੰਮ੍ਰਿਤ ਦੀ ਜਿਹੜੀ ਉਹ ਬੂੰਦ ਆ ਉਹ ਆਪਣਾ ਅਸਰ ਦਿਖਾ ਦੇ, ਜਾਂ ਤਾਂ ਇਹ ਮਤਲਬ ਆਪਣਾ ਹੰਕਾਰ ਜਿਹੜਾ ਉਹ ਕੱਢ ਕੇ ਨਿਮਰਤਾ ਵਾਲੇ ਪਾਸੇ ਆ ਜਾਣਗੇ, ਨਹੀਂ ਤਾਂ ਫਿਰ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਅੰਮ੍ਰਿਤ ਜਿਹੜਾ ਉਹ ਵਾਪਸ ਦੇਣਾ ਪਊਗਾ ਕੌਮ ਨੂੰ। ਕਿਤੇ ਨਾ ਕਿਤੇ ਕਹਿਣ ਦਾ ਇਸ਼ਾਰਾ ਇਹ ਹੈ ਵੀ ਉਹ ਸਮਝੇ ਵੀ ਉਹਦੀ ਜਾਨ ਨੂੰ ਖਤਰਾ ਨਹੀਂ, ਇਸ ਤਰ੍ਹਾਂ ਨਹੀਂ ਜਾਨ ਨੂੰ ਖਤਰਾ, ਜਿਹੜਾ ਦੇਖੋ ਜੀ ਜਿਹੜਾ ਜਾਨ ਨੂੰ ਖਤਰਾ ਕਹਿ ਦੇਣਾ ਇਹਦੇ ਵਿੱਚ ਮੈਂ ਸਮਝਦਾ ਕੋਈ ਇਸ ਤਰ੍ਹਾਂ ਬਹਾਦਰੀ ਵਾਲੀ ਗੱਲ ਨਹੀਂ ਕਿਸੇ ਦੀ ਵੀ। ਜਾਨ ਨੂੰ ਖਤਰਾ ਗੱਲ ਹੋਰ ਹੁੰਦੀ ਹੈ ਜਿਹੜੀ ਇੱਕ ਚੇਤਾਵਨੀ ਦੇਣੀ ਕੌਮ ਪ੍ਰਤੀ ਸੁਚੇਤ ਹੋਣਾ ਅਤੇ ਇਹੋ ਜਿਹੇ ਲੋਕਾਂ ਦੀ ਡੈਮੋਕ੍ਰੇਸੀ ਦੇ ਵਿੱਚ ਰਹਿੰਦਿਆਂ ਵਿਰੋਧ ਕਰਨਾ ਅਸੂਲਣ, ਉਹ ਜਿਹੜਾ ਸਾਡਾ ਪੰਥਕ ਜਥੇਬੰਦੀਆਂ ਦਾ ਹੱਕ ਬਣਦਾ ਅਤੇ ਉਹ ਜਿਹੜਾ ਵਿਰੋਧ ਆ ਸਰੀਰਕ ਤੌਰ 'ਤੇ ਕਿਸੇ ਤਰ੍ਹਾਂ ਨੁਕਸਾਨ ਨਹੀਂ ਪਹੁੰਚਾਉਂਦੇ, ਇਸ ਤਰ੍ਹਾਂ ਦਾ ਕੋਈ ਨੁਕਸਾਨ ਨਾ ਕਦੇ ਇਸ ਤਰ੍ਹਾਂ ਦੀ ਭਾਵਨਾ ਕਿਸੇ ਵਾਸਤੇ ਵੀ ਰੱਖੀ ਆ। ਇਹ ਮੈਂ ਤੁਹਾਨੂੰ ਸਪਸ਼ਟ ਕਰ ਦਿੱਤਾ ਵੀ ਜੇ ਕੋਈ ਨੁਕਸਾਨ ਇਸ ਤਰ੍ਹਾਂ ਦੀ ਭਾਵਨਾ ਰੱਖੂਗਾ ਤਾਂ ਉਹਨੂੰ ਉਹਦੇ ਤਰੀਕੇ ਜਵਾਬ ਜ਼ਰੂਰ ਦਿੱਤਾ ਜਾਊਗਾ, ਪਰ ਸਾਡੇ ਵੱਲੋਂ ਇਸ ਤਰ੍ਹਾਂ ਦੀ ਕੋਈ ਪਹਿਲ ਨਹੀਂ, ਨਾ ਅਸੀਂ ਇਸ ਗੱਲ ਦੇ ਹਾਮੀ ਹਾਂ। ਅਸੀਂ ਹਮੇਸ਼ਾ ਜਿਹੜੀ ਭਾਵਨਾ ਉਹਨੂੰ ਇਹੀ ਰੱਖਦੇ ਹਾਂ ਕਿ ਜੋ ਗੁਰਬਾਣੀ ਦਾ ਫੈਸਲਾ ਆਖਰ, ਮੈਂ ਇਹ ਵੀ ਸਮਝਦਾ ਬੇਸ਼ੱਕ ਪੰਜਾਬ ਦਾ ਨੌਜਵਾਨ ਜਿਹੜਾ ਉਹ ਰਸਤੇ ਤੋਂ ਭਟਕਿਆ ਹੋਇਆ ਇੱਕ ਦਿਨ ਉਹ ਆਪਣੇ ਮੁੱਢ ਮੂਲ ਨਾਲ ਜ਼ਰੂਰ ਜੁੜੂਗਾ, ਪਰ ਜਿਹੜੀ ਗੱਲ ਇਹ ਆ ਵੀ ਕਿਤੇ ਨਾ ਕਿਤੇ ਐਜ਼ ਦਾ ਉਹ ਲੋਕ ਸਿੱਖਾਂ 'ਚੋਂ ਹੀ ਨਿਕਲੇ ਆ, ਸਿੱਖਾਂ 'ਚੋਂ ਹੀ ਗਏ ਆ, ਸਿੱਖਾਂ 'ਚੋਂ ਹੀ ਸਿੰਗਰ ਬਣੇ, ਸਿੱਖਾਂ 'ਚੋਂ ਹੀ ਉਹਨਾਂ ਦੇ ਫੋਲੋਵਰਸ ਆ, ਵੀ ਉਹ ਸਾਰਾ ਹੈ ਪੰਜਾਬੀ ਹੋਈ ਆ, ਪਰ ਉਹਨਾਂ ਦੀ ਜਿਹੜੀ ਅੱਜ ਜਿਹੜੀ ਦਸ਼ਾ ਹੋ ਰਹੀ ਆ ਉਹਨਾਂ ਦੀ ਆਪਣੀ ਜਿਹੜੀ ਸੋਚ ਆ ਉਹ ਇੰਨੀ ਮਤਲਬ ਕਿਉਂ ਤਾਕਤਵਰ ਨਹੀਂ ਹੈ, ਹਿਰਦਾ ਇੰਨਾ ਪਾਵਰਫੁੱਲ ਕਿਉਂ ਨਹੀਂ ਹੈ।
ਕਿ ਜਿਹੜਾ ਨਗਾਰਾ ਹੈ, ਇੱਕ ਨਗਾਰਾ ਹਰ ਟਾਈਮ ਚੋਟ ਸਹਿੰਦਾ। ਕਬੀਰ ਸਾਹਿਬ ਨੇ ਉਹਦੀ ਗੱਲ ਦੱਸੀ ਹੈ ਵੀ ਨਗਾਰਾ ਚੋਟ ਸਹਿ ਕੇ ਵੀ ਗੁਰੂ ਦੀ ਆਵਾਜ਼ ਕੱਢਦਾ, ਗੁਰੂ ਗੁਰੂ ਜਪਦਾ। ਪਰ ਜਿਹੜਾ ਇਨਸਾਨ ਆ ਤੂੰ ਕਿੱਡਾ ਉਹ ਹੈ, ਪਰ ਜੇ ਕਹਿੰਦੇ ਸ਼ਬਦ ਦੀ ਕੋਈ ਚੋਟ ਝੱਲ ਕੇ ਸਿਆਣਾ ਬਣ ਜੇ ਤਾਂ ਮੈਂ ਉਹਦਾ ਦਾਸ ਬਣਨ ਲਈ ਤਿਆਰ ਹਾਂ। ਕਬੀਰ ਸਾਹਿਬ ਦੀ ਇਹ ਬਾਣੀ ਹੈ ਅਤੇ ਅਸੀਂ ਤਾਂ ਬਾਣੀ ਦੇ ਆਧਾਰ 'ਤੇ ਇਹ ਗੱਲ ਚੈਲੰਜ ਨਾ ਕਹਿਤੀ ਵੀ ਵਿਰੋਧ ਜਿਹੜਾ ਸਿੱਖ ਪੰਥ ਦੇ ਵਿਰੋਧੀਆਂ ਦਾ, ਪੰਜਾਬੀ ਮਾਂ ਬੋਲੀ ਦੇ ਵਿਰੋਧੀਆਂ ਦਾ, ਕਰਦੇ ਹਾਂ, ਕਰਾਂਗੇ ਅਤੇ ਕਰਦੇ ਰਵਾਂਗੇ ਜਦੋਂ ਤੱਕ ਇਹ ਸਰੀਰ 'ਚ ਪ੍ਰਾਣ ਆ। ਪਰ ਕਿਸੇ ਨਾਲ ਕੋਈ ਵੈਰ ਭਾਵਨਾ ਜਾਂ ਅੰਦਰੋਂ ਕੋਈ ਨਿੱਜੀ ਰੰਜਿਸ਼ ਜਾਂ ਦੁਸ਼ਮਣੀ ਸਾਡੀ ਕੋਈ ਕਿਸੇ ਨਾਲ ਨਹੀਂ ਹੈ। ਇਹ ਤਾਂ ਇੱਕ ਸੱਦਾ ਹੈ ਕੌਮ ਨੂੰ ਜਗਾਉਣ ਦਾ ਅਤੇ ਇਹਨਾਂ ਲੋਕਾਂ ਨੂੰ ਲਾਹਣਤਾਂ ਪਾਉਣ ਦਾ ਵੀ ਤੁਸੀਂ ਕੀ ਸੀ, ਕੀ ਬਣ ਕੇ ਅਤੇ ਕੀ ਕੌਮ ਲਈ ਕੀਤਾ। ਤੁਹਾਡੀ ਦੇਣ ਘੱਟ ਸੀ ਅਤੇ ਤੁਹਾਡਾ ਉਜਾੜਾ ਜਿਹੜਾ ਕੌਮ ਨੂੰ ਘੱਟ ਆ, ਜਿਹੜਾ ਨੁਕਸਾਨ ਤੁਸੀਂ ਕਰ ਰਹੇ ਹੋ ਉਹ ਬਹੁਤ ਜ਼ਿਆਦਾ ਜੀ। ਸੋ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਪਰਸਨਲ ਰੰਜਿਸ਼ ਕੋਈ ਨਹੀਂ ਰੱਖੀ ਜਾਏਗੀ, ਪਰ ਉਹਦਾ ਗੱਲਾਂ ਦਾ ਜਵਾਬ ਜੋ ਜਿਵੇਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਸੇ ਤਰ੍ਹਾਂ ਦਿੱਤਾ ਹੈ। ਕੇ ਐੱਸ ਮੱਖਣ ਨੇ ਕਿਹਾ ਸੀਗਾ ਕਿ ਇੱਕ ਸਾਹਿਤਕ ਜਿਹੀ ਗਾਲ ਕੱਢੀ ਹੈ ਤਾਂ ਕੀ ਹੋ ਗਿਆ ਜੇ ਬਰਦਾਸ਼ਤ ਕਰ ਲੈਂਦੇ। ਫਿਰ ਕੇ ਐੱਸ ਮੱਖਣ ਸਾਹਿਬ ਇਹ ਸਿੰਘ ਆਏ ਸੀ, ਇਹਨਾਂ ਨੇ ਵੀ ਉਹਨਾਂ ਹੀ ਸਾਹਿਤਕ ਗਾਲਾਂ ਦਾ ਜਵਾਬ ਉਹੀ ਸਾਹਿਤਕ ਗਾਲਾਂ ਦੇ ਵਿੱਚ ਦਿੱਤਾ ਸੀ। ਜੇ ਤੁਸੀਂ ਵੀ ਝੱਲ ਲੈਂਦੇ ਫਿਰ ਕੀ ਹੋ ਜਾਣਾ ਸੀ, ਤੁਸੀਂ ਤਾਂ ਕਕਾਰ ਲਾ ਤੇ। ਉਹ ਬੰਦਾ ਗੁਰਦਾਸ ਮਾਨ ਕਹਿੰਦਾ ਇਹ ਤਾਂ ਉਹ ਸਾਹਿਤਕ ਗਾਲ ਸਿੱਖਾਂ ਨੂੰ ਝੱਲ ਲੈਣੀ ਚਾਹੀਦੀ ਸੀ। ਜੇ ਤੁਸੀਂ ਇੱਥੋਂ ਆ ਕੇ ਇਹ ਕਹਿ ਜਾਂਦੇ ਆ ਉਹੀ ਗੱਲਾਂ, 32 ਮਰੋੜਨ ਦੀਆਂ ਜਿਹੜੀ ਗੱਲ ਕਹੀ ਸੀ ਉਹਦਾ ਹੀ ਜਵਾਬ, ਤਾਂ ਆਪਾਂ ਕਕਾਰ ਲਾ ਦਈਏ, ਇਹ ਵੀ ਚੰਗਾ ਨਹੀਂ ਹੈਗਾ। ਪਰ ਇਹਨਾਂ ਦੇ ਵੱਲੋਂ ਜੋ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ, ਕਿਉਂਕਿ ਸਮਰਥਨ ਅਤੇ ਵਿਰੋਧ ਇੱਕ ਹਿੱਸਾ ਨੇ। ਕਿਉਂਕਿ ਗੁਰੂ ਸਾਹਿਬਾਨ ਵੀ ਹੋਏ ਨੇ, ਲੋਕ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਦੇ, ਪਰ ਆਪਾਂ ਤਾਂ ਚਲੋ ਕੀ ਚੀਜ਼ ਹੈਗੀ ਆ। ਪਰ ਫਿਰ ਵੀ ਤੁਸੀਂ ਵਿਰੋਧ ਵੀ ਕਰਦੇ ਹੋ ਜਾਂ ਸਮਰਥਨ ਕਰਦੇ ਹੋ ਇਹਨਾਂ ਵਿਚਾਰਾਂ ਦਾ, ਤੁਸੀਂ ਆਪਣਾ ਵਿਚਾਰ ਜ਼ਰੂਰ ਕਮੈਂਟ ਦੇ ਵਿੱਚ ਰੱਖ ਸਕਦੇ ਹੋ। ਧਰਮਿੰਦਰ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਰੂਪਨਗਰ।